ਸ਼ਬਦ ਦੀ ਚੋਟ ਜਿਹੜੀ ਹੈ ਜਿਨ੍ਹਾਂ ਨੂੰ ਲੱਗਦੀ ਹੈ ਇਹ ਜ਼ਰੂਰ ਗੱਲ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਰੰਗੂਨ ਤੋਂ ਹੁਕਮ ਲਿਖਿਆ, ਭਾਈ ਹਰੀ ਸਿੰਘ ਜੀ ਤੁਸੀਂ ਸੂਤਰੀਆਂ ਕੋਈ ਬਾਤ ਬੋਲਦੇ ਨਹੀਂ, ਜੋ ਕੋਈ ਆਦਮੀ ਜਾਣ ਕੇ ਭਰਥੂ ਪਾਊਗਾ ਉਹਦਾ ਦੋਹੀ ਜਾਣੀ ਮੂੰਹ ਕਾਲਾ ਹੋਊ, ਗੁਰੂ ਸਾਹਿਬ ਦਾ ਉਹ ਚੋਲ ਹੋਊ। ਜੇ ਬੇਵੱਸ ਨੂੰ ਅਮਲ ਹੋ ਜਾਏ ਤਾਂ ਉਹ ਜਾਣ, ਜੇ ਕੋਈ ਕਰਦਾ ਬਈ ਜੇ ਕੋਈ ਪਖੰਡ ਕਰਦਾ ਤਾਂ ਉਹ ਆਪਣੇ ਸਿਰ ਉੱਤੇ। ਲੇਕਿਨ ਇਹ ਗੱਲ ਜ਼ਰੂਰ ਹੈ ਵੀ ਇਹ ਮਸਤੀ ਜਿਹੜੀ ਚੀਜ਼ ਹੈ ਜਿਨ੍ਹਾਂ ਨੂੰ ਹੋਈ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੀ ਹਾਲਤ ਦੇਖੀ, ਉਹ ਇਸ ਤਰ੍ਹਾਂ ਵੀ ਦੇਖੇ ਬਈ ਜੇ ਉਹਨਾਂ ਦੀ ਮਰਜ਼ੀ ਆਈ ਹੈ ਨਾ ਤੇ ਉਹ ਅੱਗ ਵਿੱਚ ਬਹਿ ਗਏ ਤੇ ਨਹੀਂ ਸੜੇ। ਜੇ ਉਹਨਾਂ ਦੀ ਮਰਜ਼ੀ ਆਈ ਹੈ, ਇੱਕ ਅਬਲੂ ਨਗਰ ਹੈ ਫਰੀਦਕੋਟ ਦਾ ਇਲਾਕਾ ਸੀ ਹੁਣ ਤੇ ਬਣ ਗਿਆ ਵਿੱਚ, ਉੱਥੋਂ ਦਾ ਇੱਕ ਮਸਤਾਨਾ ਸਿੰਘ ਸਤਿਗੁਰੂ ਰਾਮ ਸਿੰਘ ਦੇ ਵਕਤ ਦਾ ਸੱਚੇ ਪਾਤਸ਼ਾਹ ਪ੍ਰਦੇਸ ਗਏ ਹਨ। ਰਿਆਜ਼ ਪਟਿਆਲੇ ਵਿੱਚ ਬਠਿੰਡਾ ਹੈ, ਜਿਹੜੇ ਕੋਈ ਸੱਜਣ ਬਠਿੰਡੇ ਗਏ ਹੋਣ ਉਹ ਕਿਲ੍ਹਾ ਬਣਿਆ ਹੋਇਆ ਉਹਦੇ ਤੇ ਕੀੜੀ ਦਾ ਚੜ੍ਹਨਾ ਵੀ ਮੁਸ਼ਕਿਲ ਹੈ, ਤਿੰਨ ਮੰਜ਼ਲ ਤੋਂ ਘੱਟ ਹੋਏਗਾ, ਦੋ ਤੋਂ ਜ਼ਿਆਦਾ ਹੋਏਗਾ, ਇਹ ਕੋਈ ਛੋਟਾ ਨਹੀਂ। ਉੱਥੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਦੁਆਰਾ ਜਿਸ ਵੇਲੇ ਕਾਣੇ ਦੇਵ ਨੂੰ ਸੱਚੇ ਪਾਤਸ਼ਾਹ ਨੇ ਕੱਢਿਆ, ਉਹ ਉਹਨਾਂ ਨੂੰ ਕਹਿੰਦਾ ਜਿਹੜੇ ਸਨ ਅੱਗੇ ਪਹਿਰੇਦਾਰ ਕਿ ਮੈਂ ਦਰਸ਼ਨ ਕਰਨਾ ਗੁਰਦੁਆਰੇ ਦਾ, ਮੈਨੂੰ ਦਰਸ਼ਨ ਕਰਿਆ ਉਹ ਦਿਓ। ਉਹ ਉਹਨੂੰ ਜਾਣ ਨਹੀਂ ਦਿੰਦੇ ਕਿਉਂਕਿ ਕੂਕੇ ਉਸ ਵੇਲੇ ਉਹ ਚੀਜ਼ ਸੀ ਜਿਹੜਾ ਕੋਈ ਰਈਸ ਸੀ, ਜਿਹੜਾ ਕੋਈ ਸਰਦਾਰ ਸੀ, ਜਿਹੜਾ ਕੋਈ ਮਹੰਤ ਸੀ, ਜਿਹੜਾ ਕੋਈ ਥੋੜੀ ਬਹੁਤੀ ਜਾਇਦਾਦ ਵਾਲਾ ਸੀ, ਉਹ ਸਭ ਅੰਗਰੇਜ਼ਾਂ ਦੇ ਹੁਕਮ ਚ ਚੱਲਦਾ ਸੀ। ਔਰ ਨਾਮਧਾਰੀ ਸਿੱਖ ਵਾਸਤੇ ਉਸ ਵੇਲੇ ਕੋਈ ਥਾਂ ਨਹੀਂ ਸੀ ਖੜੇ ਹੋਣ ਨੂੰ। ਰਾਜ ਪਟਿਆਲੇ ਦਾ, ਪਟਿਆਲੇ ਦੇ ਰਾਜ ਵਿੱਚ ਜਿਸ ਵੇਲੇ ਸਤਿਗੁਰਾਂ ਨੂੰ ਲੈ ਗਏ, ਜਿਹੜੇ ਰਿਆਸਤਾਂ ਦੇ ਸਿੱਖ ਸੀ ਉਹਨਾਂ ਨੂੰ ਜਬਰਨ ਭੇਜ ਕੇ, ਕਿਸੇ ਨੂੰ ਅਕਾਲ ਪੁਰਖ ਭੇਜਿਆ, ਕਿਸੇ ਨੂੰ ਕਿਤੇ ਭੇਜਿਆ, ਉਹਨਾਂ ਨੂੰ ਜਬਰਨ ਬਲ ਬਲ ਕੇ ਅੰਮ੍ਰਿਤ ਛਕਾ ਦਿੱਤਾ ਕਿ ਸਾਡੇ ਰਾਜ ਕੂਕਾ ਕੋਈ ਨੀ, ਕਿਉਂਕਿ ਅੰਗਰੇਜ਼ੀ ਬਹੁਤਾਰੇ ਨੀ ਸੀ ਰਹਿ ਸਕਦੀ, ਰਾਜਿਆਂ ਦਾ ਰਾਜ ਨੀ ਸੀ ਰਹਿ ਸਕਦਾ। ਜੋ ਉੱਥੇ ਸਿੱਖਾਂ ਉੱਤੇ ਹੋਇਆ ਕੋਈ ਵਕਤ ਆਵੇਗਾ ਇਤਿਹਾਸ ਦੱਸੇਗਾ, ਹੁਣ ਤੇ ਉਹ ਸਰੀਰ ਹੀ ਨੀ ਰਹਿ ਗਏ ਜਿਹਨਾਂ ਨੇ ਉਹ ਹਾਲਤਾਂ ਦੇਖੀਆਂ ਜਿਹੜੇ ਸਾਨੂੰ ਦੱਸਦੇ ਸੀ। ਅੱਛਾ, ਨੌ ਨੌ ਸਾਲ ਦੇ ਲੜਕੇ ਸੰਤ ਕਿਸ਼ਨ ਸਿੰਘ ਦੀ ਛੂਤੀਏ 6 ਸਾਲ ਦੀ ਉਮਰ ਸੀ, ਇਹਨਾਂ ਨੂੰ, ਇਹਨਾਂ ਦੇ ਪਿਤਾ ਨੂੰ, ਇਹਨਾਂ ਦੇ ਭਰਾਵਾਂ ਨੂੰ, ਇਹਨਾਂ ਦੇ ਸਾਥੀਆਂ ਨੂੰ ਰਿਆਤ ਸੰਗਰੂਰ ਵਿੱਚ ਪੰਬਾ ਵਧੀ ਰਹਿੰਦੇ ਸਨ, ਕਾਠ ਮਾਰੇ ਸਨ ਉਹਨਾਂ ਦੇ, ਲੱਕੜ ਦਾ ਕਾਠ ਹੁੰਦਾ ਸੀ ਜਿਹੜਾ ਲੱਤ ਚ ਮਾਰ ਕੇ ਫਾਣਾ ਠੋਕ ਦਿੰਦੇ ਸਨ। ਮੈਨੂੰ ਉਹਨਾਂ ਨੇ ਸੁਣਾਇਆ ਛੋਟੀ ਉਮਰ ਸੀ, ਪਿਤਾ ਜੀ ਸਾਡੇ ਨਾਲ ਸਨ, ਭੁੱਖ ਲੱਗੀ ਆਈ, 4 ਪੈਰ 6 ਪੈਰ ਲੰਘ ਗਏ, ਪਿਤਾ ਜੀ ਭੁੱਖ ਲੱਗੀ ਆ, ਕਹਿੰਦੇ ਭਾਈ ਭਜਨ ਕਰ, ਸੁਣਦਾ ਤੇ ਕੋਈ ਹੈ ਨੀ। ਫੇਰ ਆਖਿਆ ਕਿਤਨੇ ਜਿਨ ਨੂੰ ਇੱਕ ਮਾਈ ਆਈ ਕੋਈ ਬਾਹਰੋਂ ਜਿਹਨੂੰ ਕੋਈ ਨੀ ਸੀ ਜਾਣਦਾ, ਜਿਸਨੇ 500 ਗਾਲ ਉਹਨਾਂ ਸਾਰਿਆਂ ਨੂੰ, ਪੁਲਿਸ ਵਾਲਿਆਂ ਨੂੰ ਤੇ ਅਫਸਰਾਂ ਨੂੰ ਕੱਢੀ, ਜਿਸਨੇ ਕਹਿ ਕੇ ਸਿੱਖ ਲਾਏ, ਜਿਸਨੇ ਆਖਿਆ ਤੁਹਾਡਾ ਕੱਖ ਨਹੀਂ ਦੇਣਾ, ਤੁਸੀਂ ਇਹਨਾਂ ਨੂੰ ਕਿਉਂ ਮਾਰਦੇ ਹੋ, ਕਿਉਂ? ਉਸੇ ਵੇਲੇ ਉਹਨੇ ਸਾਰਿਆਂ ਦੀਆਂ ਬੇੜੀਆਂ ਲਾ ਦਿੱਤੀਆਂ। ਉਹ ਮਸਤਾਨਾ ਸਿੱਖ ਰਿਆਸਤ ਵਾਲੇ ਕਿੱਥੇ ਉਹਨੂੰ ਗੁਰਦੁਆਰੇ ਜਾਣ ਦਿੰਦੇ ਸਨ? ਪੁਜਾਰੀਆਂ ਨੇ ਪਹਿਲਾ ਹੱਥ ਉਠਾਇਆ ਨਿਰਮਲਿਆਂ ਉੱਤੇ ਕਿ ਸਿੱਖ ਨੇ, ਦੂਸਰਾ ਹੱਥ ਉਠਾਇਆ ਕਿ ਨਾਮਧਾਰੀ ਸਿੱਖ ਨਹੀਂ, ਤੀਸਰਾ ਹੱਥ ਉਠਾਇਆ ਕਿ ਸਿੰਘ ਸਭੀਏ ਸਿੱਖ ਨਹੀਂ, ਚੌਥਾ ਹੱਥ ਉਠਾਇਆ ਕਿ ਕੋਮਾ ਕਾਟਾ ਮਾਰੂ ਵਾਲੇ ਜਿਹੜੇ ਸਨ ਇਹ ਸਿੱਖ ਨਹੀਂ, ਕਿਉਂਕਿ ਚਾਬੀ ਤੇ ਅੰਗਰੇਜ਼ ਦੇ ਹੱਥ ਸੀ, ਜਿਹਨੂੰ ਮਰਜ਼ੀ ਲਾਉਂਦਾ ਸੀ, ਜਿਹਨੂੰ ਚਾਹੁੰਦਾ ਸੀ ਸਿੱਖ ਬਣਾਉਂਦਾ ਸੀ, ਜਿਹਨੂੰ ਨਹੀਂ। ਉਹ ਐਸੀ ਗੱਲ ਬਣੀ ਵਿਚਾਰਿਆਂ ਦਾ ਆਪ ਹੀ ਕੱਖ ਨਹੀਂ ਰਿਹਾ। ਸਤਿਗੁਰਾਂ ਨੇ ਲਿਖਿਆ ਸੀ 1938 ਵਿੱਚ ਰੰਗੂਨ ਤੋਂ ਕਿ ਅੱਛਾ ਬਾਈ ਜੇ ਵੇਲਾ ਆਵੇਗਾ, ਜੇ ਤੇ ਇਹ ਰਚਨਾ ਹੈ ਗੁਰੂ ਸਾਹਿਬ ਦੀ ਤਾਂ ਤੇ ਤੁਹਾਤੋਂ ਮਿਟਦੀ ਨਹੀਂ, ਨਹੀਂ ਤਾਂ ਤੁਸੀਂ ਲੜ ਕੇ ਸਾਰੇ ਕੂਕਾ ਪੰਥ ਨੂੰ ਮਿਟਾ ਦਿਓ। ਜੇ ਰਾਮ ਸਿੰਘ ਨੇ ਡੂੰਡਾ ਖੜਾ ਕੀਤਾ ਹੈ, ਜੇ ਤੁਹਾਡੇ ਕੋਲੋਂ ਨਹੀਂ ਮਿਟਦਾ ਤਾਂ ਤੁਸੀਂ ਆਪ ਖੜੇ ਹੋ ਕੇ ਤਨਖਾਹ ਬਖਸ਼ਾਓ ਕਿ ਅਸੀਂ ਗੁਰੂ ਦੇ ਸ਼ਬਦ ਨੂੰ ਕਲਾਮ ਆਖਿਆ, ਕਿਉਂਕਿ ਅਕਾਲ ਪੰਗੇ ਵਾਲਿਆਂ ਨੇ ਲਿਖ ਕੇ ਸਾਰੇ ਦੱਸਤੀ, ਸਾਡੇ ਕੋਲ ਚਿੱਠੀ ਦੀ ਨਕਲ ਹੈ
ਉਹ ਜਿਹੜੇ ਸਿੱਖ ਨੂੰ ਹਜ਼ੂਰ ਸਾਹਿਬ ਪਰਨੇ ਸਾਹਿਬ ਭੇਜਿਆ ਉਹ ਸਤਿਗੁਰਾਂ ਨਾਲ ਪ੍ਰੇਰਿਆ ਹੋਇਆ ਅਕਾਲ ਪੁਰਖ ਉਹ ਭੈਣੀ ਸਾਹਿਬ ਆਇਆ ਔਰ ਉਹਦੀ ਨਕਲ ਸਾਡੇ ਗ੍ਰੰਥ ਵਿੱਚ ਹੈ ਜਿਹਦੇ ਤੇ ਲਿਖਿਆ ਸੀ ਕਿ ਇਹ ਕੂਕੇ ਜਿਹੜੇ ਨੇ ਮੁਸਲਮਾਨੀ ਕਲਾਮ ਪੜ੍ਹਦੇ ਨੇ ਸਿੱਖ ਨੇ ਇਹਨਾਂ ਨੂੰ ਤਖਤਾ ਉੱਤੇ ਨਾ ਕਰਨ ਦਿੱਤਾ ਜਾਵੇ ਸਤਿਗੁਰ ਕਿਹਾ ਤੁਸੀਂ ਸਾਰਿਆਂ ਨੂੰ ਨਾਲ ਲੈ ਲੈਣਾ ਜਿਤਨੇ ਹੋਰ ਹੈ ਉਸ ਵਕਤ ਅੱਜ ਕੁਛ ਚੀਜ਼ ਹੋਰ ਹੈ ਸਿੰਘ ਸਭਾ ਦੀ ਬੁਨਿਆਦ ਜਿਸ ਤਰ੍ਹਾਂ ਸਿੱਖ ਸੁਧਾਰ ਕਮੇਟੀ ਬਣਾ ਕੇ ਜੈਤੋ ਵਾਲੇ ਮੋਰਚੇ ਚ ਅੰਗਰੇਜ਼ਾਂ ਨੇ ਅਕਾਲੀ ਦਲ ਨੂੰ ਖਰਾਬੀ ਪਹੁੰਚਾਈ ਸੀ ਉਸ ਵਕਤ ਸਿੰਘ ਸਭਾ ਦਾ ਮੁੱਢ ਇਸ ਗੱਲ ਨਾਲ ਵਧਾ ਗਿਆ ਸੀ ਐਂਟੀ ਕੂਕਾ ਨਾਮਧਾਰੀ ਸਿੱਖ ਦੇ ਬਰਖੜਾ ਇਹ ਕਿਤਾਬਾਂ ਦੀ ਗਵਾਹੀ ਹੈ ਇਹ ਲਿਖਤ ਦੀਆਂ ਗਵਾਹੀਆਂ ਉਹ ਆਦਮੀ ਜਿਹੜੇ ਉਸ ਵੇਲੇ ਦੇ ਸਨ ਪੜ੍ਹ ਕੇ ਦੇਖੋ ਡਾਕਟਰ ਜਗਜੀਤ ਸਿੰਘ ਜਗਜੀਤ ਸਿੰਘ ਦਾ ਨਾਂ ਤਰਨ ਤਾਰਨ ਵਾਲਿਆਂ ਦਾ ਜਗਜੀਤ ਸਿੰਘ ਜੀ ਦਾ ਪੜ੍ਹ ਕੇ ਦੇਖੋ ਲਿਖਿਆ ਹੋਇਆ ਸਿੰਘ ਸਭਾ ਲਹਿਰ ਕਿ ਉਸ ਵੇਲੇ ਅੰਗਰੇਜ਼ਾਂ ਨੇ ਇਹਨੂੰ ਕੀ ਬਣਾਇਆ ਸੀ ਕੋਈ ਨੰਬਰਦਾਰ ਕੋਈ ਜੈਲਦਾਰ ਕੋਈ ਜਗੀਰਦਾਰ ਸਰਦਾਰ ਕੋਈ ਗੱਦੀਦਾਰ ਮਹੰਤ ਦੋ ਆਦਮੀ ਇੱਕ ਬਾਬਾ ਨਰਾਇਣ ਸਿੰਘ ਜੀ ਨਿਰਮਲੇ ਸੰਤ ਇੱਕ ਬ੍ਰਹਮ ਬੂਟਾ ਜੀ ਮਹਾਤਮਾ ਉਦਾਸੀ ਅੰਮ੍ਰਿਤਸਰ ਵਾਲਿਆਂ ਤੋਂ ਬਗੈਰ ਪੰਜਾਬ ਚੋਂ ਕੋਈ ਰਈਸ ਕੋਈ ਨੰਬਰਦਾਰ ਕੋਈ ਡੇਰੇ ਵਾਲਾ ਔਰ ਸਿੰਘ ਸਭਾ ਦਾ ਫਲਾਣੀ ਦਾ ਦੀਵਾਨ ਹੈ ਫਲਾਣੀ ਦਾ ਪ੍ਰੈਜੀਡੈਂਟ ਹੈ ਸਾਡੇ ਕੋਲੇ ਨਕਲ ਹੈ ਸਾਰਿਆਂ ਦੇ ਦਸਤਖਤ ਸਨ ਕਿ ਰਾਮ ਸਿੰਘ ਨਾ ਮੁੜ ਕੇ ਇੱਥੇ ਆਵੇ ਜੇ ਆਇਆ ਤਾਂ ਸਾਰੇ ਮੁਲਕ ਚ ਰੌਲਾ ਪੈਂਦਾ ਹੁਣ ਦੱਸੋ ਬਾਬੇ ਗੁਰਦੇਵ ਸਿੰਘ ਵਰਗੇ ਆਦਮੀ ਜਿਹੜੇ ਗੋਲੀਆਂ ਨਿਕਲ ਚਲਦੀਆਂ ਜੋ ਨਿਕਲੇ ਬਾਈ ਬਾਈ ਦੇ ਘਾਟ ਤੋਂ ਕੌਮਾਂ ਸਾਡਾ ਮਾਰੂ ਵਾਲੇ ਉਹਨਾਂ ਉੱਤੇ ਵੀ ਇਹੋ ਫਤਵੇ ਸੀ ਜਿਹੜੇ ਸਿੱਖ ਜਿਨ੍ਹਾਂ ਨੇ ਕੁਛ ਅੰਗਰੇਜ਼ ਦੇ ਖਿਲਾਫ਼ ਕੀਤਾ ਉਹਨੇ ਆਪਣੀ ਚਾਲ ਬਣਾ ਕੇ ਆਪਣੇ ਆਦਮੀ ਨਾਲ ਉਹਨਾਂ ਨੂੰ ਹਰੀ ਚੌਕ ਪਾ ਕੇ ਦੱਸੋ ਸਿੱਖ ਸੁਧਾਰ ਕਮੇਟੀ ਦਾ ਕੀ ਕੰਮ ਸੀ ਜਿਹੜੇ ਸਿੱਖ ਦੇ ਵਿਚਾਰੇ ਗੋਲੀਆਂ ਨਾਲ ਜੈਤੋਂ ਉੱਡ ਗਏ ਅਕਾਲੀ ਉਹਨਾਂ ਨੂੰ ਆਪਾਂ ਸਿੱਖ ਕਹੀ ਸਕਦੇ ਹਾਂ ਨਾ ਕਹਿਣ ਮਾਤਰ ਜਿਹਨਾਂ ਨੇ ਉਹਨਾਂ ਦੇ ਖਿਲਾਫ਼ ਜਾ ਕੇ ਉੱਥੇ ਅਖੰਡ ਪਾਠ ਕਰਕੇ ਅੰਗਰੇਜ਼ਾਂ ਨਾਲ ਰਲ ਮਿਲ ਕੇ ਗੱਲ ਕਰ ਲਈ ਮੈਨੂੰ ਇੱਥੇ ਗੱਲ ਯਾਦ ਆ ਜਾਂਦੀ ਹੈ ਹੈਨਰੀ ਕ੍ਰੇਗ ਗਵਰਨਰ ਰਿਹਾ ਪੰਜਾਬ ਵਿੱਚ ਪਹਿਲੇ ਸੈਕਟਰੀ ਹੁੰਦਾ ਸੀ ਘੋੜ ਦੌੜ ਵਿੱਚ ਮੈਂ ਤੇ ਉਹ ਇਕੱਠੇ ਹੁੰਦੇ ਸਾਂ ਇੱਕ ਗੱਲੋਂ ਸਾਡੀ ਲੜਾਈ ਹੋ ਗਈ ਉਹ ਸਟੂਡ ਸੀ ਅਸਾਂ ਇੱਕ ਸੱਚੇ ਆਦਮੀ ਦਾ ਪੱਖ ਕੀਤਾ ਉਹਨਾਂ ਨੇ ਆਖਿਆ ਤੇਰਾ ਸਵਾਰ ਨਹੀਂ ਘੋੜੇ ਤੇ ਚੜ ਸਕਦਾ ਮੈਂ ਆਖਿਆ ਮੈਂ ਵੀ ਘੋੜੇ ਹੀ ਨਹੀਂ ਦੌੜਾਉਂਦਾ ਅਸੀਂ 6 ਮਹੀਨੇ ਉਹਨਾਂ ਆਖਿਆ ਤੁਸੀਂ ਘੋੜ ਦੌੜ ਚ ਨਹੀਂ ਰਹਿ ਸਕਦੇ ਮੈਂ ਆਖਿਆ ਬਹੁਤ ਅੱਛਾ ਸਤਿ ਸ੍ਰੀ ਅਕਾਲ ਅਸੀਂ ਉਸੇ ਵੇਲੇ ਚਲੇ ਗਏ 6 ਮਹੀਨੇ ਤੋਂ ਬਾਅਦ ਫਿਰ ਉਹਨੇ ਆਪਣਾ ਆਦਮੀ ਭੇਜਿਆ ਬੁਲਾਇਆ ਉਸ ਤੋਂ ਬਾਅਦ ਉਹ ਗਵਰਨਰ ਬਣਿਆ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਿਸ ਵੇਲੇ ਸ਼ਹੀਦਗੰਜ ਦਾ ਮਾਮਲਾ ਲਾਹੌਰ ਵਾਲਾ ਬਾਬੇ ਤਾਰੂ ਸਿੰਘ ਵਾਲਾ ਚੱਲ ਰਿਹਾ ਸੀ ਇੱਕ ਖਾਸ ਗੱਲ ਹੈ ਧਿਆਨ ਦੇ ਕੇ ਦੇਖਣ ਵਾਲੀ ਹੈ ਉਦੋਂ ਤੱਕ ਵੀ ਸਾਡੇ ਮਹਾਤਮਾ ਸਾਡੇ ਸਿੱਖ ਮੈਂ ਨਾਂ ਨਹੀਂ ਉਹਨਾਂ ਦਾ ਲੈਂਦਾ ਮੈਂ ਉਹਨੂੰ ਜਿੱਦਣ ਉਹ ਗਵਰਨਰ ਬਣ ਕੇ ਆਇਆ ਫਿਰ ਮੇਰੇ ਨਾਲ ਉਹਦਾ ਪਿਆਰ ਪੈ ਗਿਆ ਉਹ ਮੇਰਾ ਘੋੜਿਆਂ ਨਾਲ ਸਿੰਘ ਜਿਹੜੀ ਗੱਲ ਕਹਿ ਰਹੇ ਭਾਵੇਂ ਦੂਜੀ ਸਾਰੀ ਦੌੜ ਇੱਕ ਪਾਸੇ ਹੋਏ ਉਹਦੀ ਗੱਲ ਮੰਨਦਾ ਸੀ ਵੀ ਝੂਠ ਨਹੀਂ ਬੋਲਦੇ ਮੈਂ ਉਹਨੂੰ ਗਵਰਨਰੀ ਦੀ ਵਧਾਈ ਦੇਣ ਗਿਆ ਮੈਨੂੰ ਕਹਿਣ ਲੱਗਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਮੈਂ ਕਿਹਾ ਦੱਸ ਅਗੇ ਕੁਛ ਸਿੱਖ ਕਹਿੰਦੇ ਨੇ ਕਿ ਅਸੀਂ ਐਲਾਨ ਕਰ ਦਿੰਦੇ ਹਾਂ ਮੁਸਲਮਾਨਾਂ ਨਾਲ ਰਾਜੀਨਾਮਾ ਕਰ ਲੈਂਦੇ ਹਾਂ ਸ਼ਹੀਦਗੰਜ ਬਾਬਤ ਮੈਂ ਉਸਨੂੰ ਕਿਹਾ ਕਿ ਦੇਖੀ ਤੂੰ ਪੰਜਾਬੀ ਦਾ ਲਫ਼ਜ਼ ਹੈ ਕਿ ਦਹੀਂ ਦੇ ਭੁਲੇਖੇ ਕਪਾਹ ਦੀਆਂ ਫੁੱਟੀਆਂ ਨਾ ਖਾ ਲੈ ਮੈਂ ਉਹਨੂੰ ਇਹ ਗੱਲ ਕਹੀ ਕਿ ਸਿੱਖ ਪੰਥ ਇਸ ਵੇਲੇ ਉਹ 5-7 ਸਰਦਾਰ ਨਹੀਂ ਜਿਹੜੇ ਤੁਹਾਡੇ ਕੋਲੋਂ ਜਗੀਰਾਂ ਲੈਂਦੇ ਨੇ ਸਾਰਾ ਪੰਥ ਇਸ ਵੇਲੇ ਤੁਲਿਆ ਹੋਇਆ ਇਸ ਚੀਜ਼ ਉੱਤੇ ਕਿ ਸਾਰੇ ਮਰ ਮਿਟਣਗੇ ਪੰਜਾਬ ਸਾਰੀ ਚ ਰੌਲਾ ਪੈ ਜਾਏਗਾ ਤੂੰ ਇਸ ਗੱਲ ਨੂੰ ਖਬਰਦਾਰ ਹੈ ਕੰਮ ਦੇ ਨੇੜੇ ਨਾ ਜਾਈ ਕਿ ਮੈਂ ਤੈਨੂੰ ਪੱਕੀ ਸਲਾਹ ਦਿੰਦਾ ਉਹਦੇ ਤੇ ਦਿਲ ਚ ਖਿਆਲ ਸੀ ਨਾ ਵੀ ਅਕਾਲੀ ਹੋਰ ਤੇ ਫੂਕਾ ਹੈ ਖਬਰਾਂ ਸਾਡੇ ਪੱਖ ਦੀ ਗੱਲ ਕਰੇ ਵੀ ਸਾਡੇ ਨਾਲ ਲੜੇ ਲੇਕਿਨ ਅਕਾਲੀ ਫੂਕੇ ਦਾ ਤਾਂ ਸਵਾਲ ਹੀ ਨੀ ਸਵਾਲ ਤਾਂ ਇਸ ਚੀਜ਼ ਦਾ ਵੀ ਦੇਸ਼ ਧਰੋਹੀ ਕਿਹੜੇ ਹੈ ਕੌਮ ਪ੍ਰਸਤ ਕੌਣ ਭਾਵੇਂ ਉਹ ਅਕਾਲੀ ਹੈ ਭਾਵੇਂ ਉਹ ਨਾਮਧਾਰੀ ਹੈ ਭਾਵੇਂ ਨਿਹੰਗ ਹੈ ਭਾਵੇਂ ਨਿਰਮਲ ਹੈ ਭਾਵੇਂ ਹਿੰਦੂ ਹੈ ਭਾਵੇਂ ਸਨਾਤਨੀ ਹੈ ਭਾਵੇਂ ਸਮਾਜੀ ਹੈ ਸਾਡਾ ਤਾਂ ਇਸ ਗੱਲ ਨਾਲ ਤਲਕ ਸੀ ਗੁਰਦੁਆਰਾ ਜੇ ਚਲਿਆ ਜਾਂਦਾ ਮੁਸਲਮਾਨਾਂ ਦੇ ਹੱਥ ਚ ਉੱਥੇ ਤਾਂ ਨਹੀਂ ਸੀ ਨਿਸ਼ਾਨ ਲੱਗਿਆ ਵੀ ਅਕਾਲੀ ਗੁਰਦੁਆਰੇ ਵਾਲਿਆਂ ਨੇ ਕੂਕਿਆਂ ਦਾ ਕੋਈ ਤਲਕ ਨਹੀਂ ਨਿਰਮਲਿਆਂ ਨਿਹੰਗਾਂ ਦਾ ਕੋਈ ਨਹੀਂ
ਸਿੰਘ ਸਭਾ ਦਾ ਕੋਈ ਨੀ, ਪੰਜ ਸੱਤ ਆਦਮੀ ਸਨ ਜਿਹਨਾਂ ਨੇ ਕਿਹਾ ਕਿ ਐਲਾਨ ਕਰਦੇ। ਮੈਂ ਕਿਹਾ ਦੇਖੀ ਇਸ ਗੱਲ ਚ ਨਾ ਆਈ, ਕੌਣ ਮੇਰੀ ਗੱਲ ਮੰਨ ਲਈ। ਗੁਰੂ ਨੇ ਕਿਰਪਾ ਕਰੀ, ਉਹ ਤੁਹਾਡਾ ਕੰਮ ਜਿਹੜਾ ਸੀ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਰਿਹਾ, ਲੇਕਿਨ ਅਸੀਂ ਹੁਣ ਤੱਕ ਵੀ ਇਸ ਚੀਜ਼ ਤੋਂ ਨਹੀਂ ਪਾਉਣ ਵਾਲੇ। ਅਸੀਂ ਮੈਂ ਵੀ ਉਹਦੇ ਚ ਆਇਆ, ਮਾਸਟਰ ਤਾਰਾ ਸਿੰਘ ਜੀ ਨੇ ਸਾਰਿਆਂ ਨੂੰ ਬੁਲਾਇਆ। ਜਿਸ ਵੇਲੇ ਇਹ ਜਿਹੜੇ ਅੰਗਰੇਜ਼ ਜਿਨ੍ਹਾਂ ਦੀ ਅਸੀਂ ਝੋਲੀ ਚੁੱਕ ਚੁੱਕ ਕੇ 70-80 ਵਰੇ ਜਿੱਥੇ ਵੀ ਉਹਨਾਂ ਨੇ ਚਾਹਿਆ ਕਰਨਸਵਾਲ ਜਾ ਮਰੇ, ਫਲਾਣੀ ਜਗ੍ਹਾ ਜਾ ਮਰੇ, ਉਹਨਾਂ ਅੰਗਰੇਜ਼ਾਂ ਨੇ ਜਿੱਧਰ ਹਿੰਦੂ ਤੇ ਮੁਸਲਮਾਨਾਂ ਨੂੰ ਕੁਛ ਦੇਣ ਲੱਗੇ, ਤੋਤੇ ਚਸ਼ਮ ਹੋ ਕੇ ਸਿੱਖਾਂ ਨੂੰ ਜਵਾਬ ਦੇ ਦਿੱਤਾ ਕਿ ਸਿੱਖਾਂ ਨੂੰ ਦੇਖਿਆ ਹੀ ਨਾ ਵੀ ਕਿੱਥੇ ਹੁੰਦੇ। ਮਾਸਟਰ ਜੀ ਨੇ ਸਾਰਿਆਂ ਨੂੰ ਬੁਲਾਇਆ, ਅਸੀਂ ਵੀ ਉੱਥੇ ਗਏ, ਮੈਂ ਵੀ ਉਹਨਾਂ ਦੇ ਵਿੱਚ ਗਿਆ ਨਾਮਧਾਰੀਆਂ ਚ। ਉੱਥੇ ਗੱਲਬਾਤ ਹੋਈ, ਪੰਥਕ ਪ੍ਰਤੀਨਿਧ ਬੋਰਡ ਬਣਿਆ। ਉਸ ਵੇਲੇ ਪੰਡਿਤ ਜੀ ਜਵਾਹਰ ਲਾਲ ਜੀ ਮੇਰੀ ਗੱਲਬਾਤ ਕੁਛ ਸੁਣ ਲੈਂਦੇ ਸੀ ਚੰਗੀ ਤਰ੍ਹਾਂ। ਮੈਂ ਉਹਨਾਂ ਦੇ ਨਾਲ ਗਿਆ, ਅਸਾਂ ਜਾ ਕੇ ਬਾਹਰ ਦਾ ਸਾਰੀ ਵਰਕਿੰਗ ਕਮੇਟੀ ਦੀ ਮੀਟਿੰਗ ਸੀ, ਮਹਾਤਮਾ ਗਾਂਧੀ ਵੀ ਵਿੱਚ ਸੀ, ਜਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਿੱਖਾਂ ਨੂੰ ਅਗਰ ਨਾ ਕੁਛ ਦਿਓ ਤੇ ਬੜੀ ਬੁਰੀ ਚੀਜ਼ ਹੈ। ਰਾਤ ਨੂੰ ਮੈਨੂੰ ਵੱਖਰਾ ਪੰਡਿਤ ਜੀ ਨੇ ਬੁਲਾਇਆ, ਉਹ 20 ਮਿੰਟ ਬੈਠੇ ਨੇ ਗੱਲਬਾਤ। ਮੈਂ ਕਿਹਾ ਸਾਡੇ ਪੱਲੇ ਕੁਛ ਨਹੀਂ ਰਹਿੰਦਾ ਜੇ ਹੁਣ ਇਹ ਗੱਲ ਨਾ ਹੋਵੇ। ਅਸੀਂ ਦਿੱਲੀ ਨਹੀਂ ਪਹੁੰਚੇ, ਐਲਾਨ ਪਹਿਲੇ ਹੋ ਗਿਆ ਕਿ ਸਿੱਖਾਂ ਨਾਲ ਬੇਇਨਸਾਫੀ ਹੋਈ ਹੈ, ਕਿਉਂਕਿ ਸਿੱਖ ਇੱਕ ਮੁੱਠ ਹੋ ਗਏ ਸਨ, ਇੱਕ ਵੀ ਸਿੱਖ ਨਹੀਂ ਸੀ ਉਸ ਵੇਲੇ ਜਦੋਂ ਲਾਂਭੇ ਰਿਹਾ ਸੀ। ਅੰਗਰੇਜ਼ਾਂ ਨੂੰ ਵੀ ਪਤਾ ਲੱਗਾ, ਉਹਨਾਂ ਵੀ 4 ਸੀਟਾਂ ਸਾਨੂੰ ਦੇ ਦਿੱਤੀਆਂ ਉਸ ਵੇਲੇ। ਪਰ ਫਿਰ ਵੀ ਸਾਡੇ ਬੋਰਡ ਵਿੱਚ ਐਸੇ ਪੁਰਸ਼ ਪੈ ਗਏ, ਮੈਂ ਜਿਹਨਾਂ ਦੇ ਨਾਂ ਨਹੀਂ ਲੈਂਦਾ, ਮਾਸਟਰ ਜੀ ਦੇ ਹੱਥ ਜਿਹਨਾਂ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਆ ਗਈਆਂ, ਜਿਹੜੇ ਬੋਰਡ ਦੇ ਵਿੱਚ ਸਰਪੇ ਧਰਦੇ ਸਨ, ਜਿਹੜੇ ਉਹ ਸਾਡੀ ਸਾਰੀ ਰਿਪੋਰਟ ਫਿਰ ਅੰਗਰੇਜ਼ ਨੂੰ ਦਿੰਦੇ ਰਹੇ। ਫਿਰ ਬੋਲ ਟੁੱਟਿਆ, ਰੌਲਾ ਪਿਆ, ਖੱਪ ਪਈ। ਇਹ ਹਾਲਤ ਵਿੱਚ ਉਹ ਸਿੱਖ ਮਸਤਾਨੇ ਵੱਲ ਚੱਲੋ, ਉਸ ਵੇਲੇ ਨਾਮਧਾਰੀਆਂ ਨੂੰ ਕਿਤੇ ਕੋਈ ਖਲੋਣ ਨਹੀਂ ਸੀ ਦਿੰਦਾ। ਉਹ ਮਸਤਾਨਾ ਪਿਛਲੇ ਪਾਸੇ ਗਿਆ ਕਿਲੇ ਦੇ ਸਤਿਗੁਰੂ ਦੇ ਬਲ ਨਾਲ, ਉਹ ਤਾਂ ਹੀ ਉਹਨਾਂ ਨੂੰ ਪਤਾ ਲੱਗਾ ਜੇ ਉੱਤੇ ਸ਼ਬਦ ਪੜ੍ਹਦਾ ਗੁਰਦੁਆਰੇ ਦੇ ਅੱਗੇ ਖੜੋ, ਜਿੱਥੇ ਕੀੜੀ ਨਹੀਂ ਚੜ ਸਕਦੀ ਸੀ। ਕੋਈ ਮਸਤੀ ਚੀਜ਼ ਬੜੀ ਹੈ, ਮੁਸਲਮਾਨਾਂ ਚ ਆਈ, ਹਿੰਦੂਆਂ ਚ ਆਈ, ਸਿੱਖਾਂ ਚ ਵੀ ਆਈ, ਬਹਿਲੋਲ ਇੱਕ ਫਕੀਰ ਹੋਇਆ, ਬਾਦਸ਼ਾਹ ਸੀ ਬਹਿਲੋਲ, ਉਹ ਨਵਾਜ਼ ਪੜ੍ਹਦਾ 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 ਕਹਿੰਦਾ ਮਨ ਖੁਦਾ ਹੈ, ਮਨ ਖੁਦਾ ਹੈ, ਮਨ ਖੁਦਾ। ਉਹ ਸ਼ਰਮ ਵਾਲੇ ਤੇ ਚੀਜ਼ ਨਹੀਂ ਨਾ ਦੇਖ ਸਕਦੇ। ਉਹ ਜਿਸ ਵੇਲੇ ਆਪਣੇ ਹੋਸ਼ ਵਿੱਚ ਆਇਆ, ਉਹਨਾਂ ਨੇ ਉਹਨੂੰ ਕਿਹਾ ਕਿ ਬਾਦਸ਼ਾਹ ਤੂੰ ਬੜਾ ਕੁਫਰ ਬੋਲਦਾ। ਉਸਨੇ ਕਿਹਾ ਕਿਆ ਕੁਫਰ ਬੋਲਦਾ ਕਿ ਤੂੰ ਕਹਿੰਦਾ ਮੈਂ ਖੁਦਾ। ਫਿਰ ਇਹਦੀ ਕੀ ਸਜ਼ਾ ਚਾਹੀਦੀ ਹੈ? ਇਹਦੀ ਸਜ਼ਾ ਚਾਹੀਦੀ ਹੈ ਕਿ ਸਿਰ ਲਾਇਆ ਜਾਏ। ਉਹਨਾਂ ਆਖਿਆ ਬਈ ਜਿਸ ਵੇਲੇ ਮੈਂ ਗੱਲ ਕਹਾਂ ਤੁਸੀਂ ਬੇਸ਼ੱਕ ਮੇਰਾ ਸਿਰ ਖਤਮ ਕਰ ਦਿਓ। ਉਹ ਵਕਤ ਜਦੋਂ ਆਇਆ, ਹੁਣ ਅਸੀਂ ਬੈਂਕ ਦੇ ਸਾਰੇ ਹੀ ਹਾਂ, ਮੈਂ ਵੀ ਵਿੱਚ ਹੀ ਹਾਂ, ਨਿਤਨੇਮ ਵੀ ਕਰਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਜਾ ਕੇ ਬਾਣੀ ਵੀ ਪੜ੍ਹਦੇ ਹਾਂ, ਮਹਾਰਾਜ ਦਾ ਪਾਠ ਕਰਦੇ ਹਾਂ, ਪਰ ਅੰਦਰ ਨਹੀਂ ਕਰਦਾ। ਰਾਮ ਰਾਮ ਕਹਿੰਦੇ ਹਾਂ, ਤੇਰੀ ਜੇਬਾ ਘੱਟ ਗਈ, ਅੰਦਰ ਰਾਮ ਨਾਲ ਵਸਿਆ ਏ ਕੀ ਧਾੜ ਪਈ। ਜਿਹੜੇ ਅੰਦਰੋਂ ਹੋ ਕੇ ਕਰਦੇ ਹਨ ਉੱਥੇ ਫਿਰ ਜੁੜ ਜਾਂਦਾ ਹੈ। ਉਹ ਤਾਂ ਸਦਾ ਜੂਰ ਹਾਜ਼ਰ ਹੈ, ਨਾਜ਼ਰ ਕਦੇ ਨਾ ਪਿਓ ਦੁਰਾਈ। ਬਾਦਸ਼ਾਹ ਦੀ ਫਿਰ ਜਦੋਂ ਵੇਲਾ, ਉਹਨਾਂ ਆਖਿਆ ਵੀ ਜਦੋਂ ਵਕਤ ਆਵੇ ਮੈਨੂੰ ਪਿਛਾ ਕਤਲ ਕਰ ਦਿਓ। ਜਿਸ ਵੇਲੇ ਬਾਦਸ਼ਾਹ ਤੇ ਵਕਤ ਆਇਆ, ਉਹਨੇ ਆਖਿਆ ਮੈਂ ਖੁਦਾ, ਉਹਨਾਂ ਮਾੜੀ ਤਲਵਾਰ ਵਿੱਚੋਂ ਨਹੀਂ ਲੰਘ ਗਈ। ਫਿਰ ਆਖਿਆ ਮੈਂ ਖੁਦਾ, ਫਿਰ ਮੇਰਾ ਤਲਵਾਰ ਲੰਘ ਗਈ। ਫਿਰ ਜਦੋਂ ਹੋਸ਼ ਚ ਆਇਆ, ਕਿਉਂ ਬਾਈ ਸੁਣਾਓ ਗੱਲ, ਕਹਿਣ ਲੱਗਿਆ ਵੀ ਅੱਜ ਵੀ ਤੂੰ ਕਿਹਾ ਸੀ ਕਿ ਫਿਰ ਮਾਰੀ ਸੀ ਤਲਵਾਰ, ਕਿ ਮਾਰੀ ਸੀ ਤਲਵਾਰ ਵਿੱਚੋਂ ਨਹੀਂ ਲੰਘ ਗਈ, ਸਿਰ ਨਹੀਂ ਲਿਆ। ਉਹ ਕਹਿੰਦਾ ਫਿਰ ਮੈਂ ਨਹੀਂ ਸਾਂ, ਉਸ ਵੇਲੇ ਖੁਦਾ ਹੀ ਸੀ। ਆਦਮੀ ਕੀ ਕਿਆ ਜੁਰ ਦਾਵਾ ਖੁਦਾਈ ਕਾ ਕਰੇ, ਬੋਲਤੇ ਥੇ ਆਪ ਹਜ਼ਰਤ ਨਾਮ ਥਾ ਮਨਸੂਰ ਕਾ। ਕੋਈ ਫਕੀਰ, ਹਿੰਦੂ, ਮੁਸਲਮਾਨ, ਸਿੱਖ ਜਿਹਦੀ ਇਹ ਗੱਲ ਹੁੰਦੀ ਹੈ, ਉਸਦਾ ਕੋਈ ਕੱਖ ਨਹੀਂ ਵਿਗਾੜ ਸਕਦਾ। ਤਾਂ ਮਰਦਾਂ ਦੀ ਹਾਲਤ ਜੇ ਬਿਆਨ ਕਰੀਏ ਤਾਂ ਇਹ ਬਿਆਨ ਨਹੀਂ ਹੋ ਸਕਦੀ।
मूसल मर वाल जान आई मरत हेरत संसार प्रेम ब्रह्म न भेदियो और जो मिथ व्यवहार और मैं कम च लगे हुए हाँ मेरा पुत्र ब्याया जाए मेरे घर पुत्र जम पवे मेरे घर धन बहुता हो जाए मैं बहुते कोठे कर लवा बहुता व्यापार च पैसे कमा लवा घोड़े बहुते हो फिर इतू जरा करके आंदा जरा थोड़ा बहुत जो भजन पानी करता है फिर एक और अंदर कंधा पैदा होंगे फिर यह हों लोग मेनू मत टेक लोग मेरी पूजा कर लोग मेनू चंगा कर लोग मेनू उतार चुक हम बन कब कुलीन हम पंडित हम योगी सन्यासी ज्ञानी गुनी सूर हम दाते ए बुद्ध कब है ना नासी कबीर जी कहले कबीर सब है नहीं समझस लोग ता कबीर नु कमला कहंदे ओ कहंदे भूल परे जैसे बोरे सब बेवकूफ ता भाई हरमीत सिंह जी गुरुद्वारे आए हुए हैं सतगुरु सच्चे पातशाह सतगुरु राम सिंह अकाल पुरख दीवान विच बराजदे हैं सिंह विच मस्ताने होए हुए फिरदे हैं मैं मोए रोयो तिस भाने कहिंदे मैं मोए आ गया उत्ते ही छोड़न को जब चाहे नाही उस चीज नु चित छड़ना नहीं चाहूंगा यो आवा मन रहो ए भाई मारे हुई चावे की इतने ही रहिए ये तो रह दिए मानो ए बैकुंठ सुधार ऐसा मालूम होता है कि बैकुंठ है क्यों बैकुंठ कोई और नहीं गुरु साहेब की बाणी विच कबीर जी की जवानी गुरु अर्जन देव महाराज लिखते हैं कहो कबीर है कही है का है सब कोई चरण कहता है वहां ना जानो बैकुंठ है कहां जब लग मन बैकुंठ की आस तब लग होए नहीं चरण निवास कहो कबीर है कही है का है सार संत बैकुंठ आया है सार संत बैकुंठ है कई बैकुंठ नहीं नवा लागे मुकत बपड़ी भी ज्ञानी त्यागे वो कई बैकुंठा छड जाते हैं जे सतगुरु के चरणा बोले राधका नु आखिया के चल बैकुंठ नु कहती है कहां करो बैकुंठ है जाए मैं बैकुंठ च जाके की करना है जिसे ना कृष्ण महाराज हैं ना कदमा की छां है ना ये सखियां हैं ना ये चीज है मैनू बैकुंठ का कोई मैं नहीं देखना चाहता गुरु जी ने लिखिया कर दर्शन का प्रीतम होवा मुक्त बैकुंठ है खरा किया मुक्त की भी परवाह नहीं कर दे मुक्त पुरुष मुक जाता है कुछ नहीं रह जाता जमना मरना आना जाना सब मुक जाता है इस तो अगे गुरु साहेब ने एक चीज दसी है कि जीवन मुक्त गुर कह शब्द गत जीवन मुक्त पाए जीवन मुक्त पुरुष पढ़ो रामायण देखो हाल एक छा नहीं वो सारे एक चीज है क्योंकि गुरु गोबिंद सिंह साहब कहते ना आदम देखा है अवतारा सोई गुरु समझिए हमारा कोई दूसरी चीज नहीं असि भुलेखिया च पै जाने साडे वास्ते कुछ होर दिसदा है और दूसरा है तीसरा है जे कृपा कर देने ते नेत्र बना देने ते भाई कन्हैये वांगू कर देने उन्हें आख्या तेनू पिया पिलावा पानी तू दिसने सब ताई मैं ते किसे मुसलमान नू पानी नहीं पिलाउंदा मारदे मारदे थक गए वो महाराज उत्ते शस्त्र चलाउंदे ने सच्चे पातशाह उत्ते वो कहिंदे मैं ते तेनू पानी पिलाउणा ते भाई साहब देख के आनंद होए होए उतो चित नहीं उखड़दा बैठे आप विष्णु भगवान आप विष्णु रूप सदगुरु बैठे हम दीवान हुए अनहद बाजे बैठ द्वारे जिसने दरवाजे होते अनहद हद तो रहत बाजे बजते हैं जिन्हों की कोई गिनती नहीं मैनू गल रही बिचे जीवन मुक्त वाली जीवन मुक्त पुरुष कौन हैं हनुमान जी जिसने खुम जेड़ा कुछ हनुमान जी ने इस रामायण दे विच इस जंग विच इस लंका दे जीतण वाले कम विच रामचंद्र जी ने हुक्म च कीता वो सारे तो उच्च थे
महाराज ने कहा हनुमान कुछ मांग तू सुटने कृपा ने हर ना दूजा वेखा और कोई मांग नहीं इको मांग है तो क्या है बस तेरा दर्शन होवे जो तू आवे मार लोग आई है जे जावे तो नाल ही जाइए दीवान नंदलाल गुरु गोबिंद सिंह के सामने खड़ा हो जाता है संत आनंदपुर संत संपूर्ण सिंह जी महात्मा सन जिसे सज्जन ने उन्होंने दर्शन किए हो गए बड़े उच्च पुरुष थे 90 साल तो उत्ते उम्र हो गई होगी 80 साल की उम्र जरा औखा दवाई भी देंगे लोगों कोई जवान नहीं सी चुकता वो वचन करते सी कि दीवान जी गुरु गोबिंद सिंह के स्वरूप के आशिक से साहेब दीवान की समाप्ति करके आनंदगढ़ किले में किस वक्त बराज दे दरवाजा बंद हो जाता रात न तो दीवान जी नाल सिर ला देंगे और रोंदे रहेंगे हाय सूरज छिप गया हाय सूरज छिप गया के तीन पहर रात दे दीवान जी दे इसे तरह ही लग दे वो कदे कहने गोया कर इंतजार है तो चश्मे सफेद शुद्ध मन चू कुलम के बे तो दिलासा नमेश्वर फिर कितने कहने दोवे अखा मेरिया दरिया होके बढ़दिया हम फिर जिस वक्त सच्चे पातशाह सवा पैर के तड़के बाहर निकल दे उसे मेरे सूर्य चढ़ आया उस रंग के सामने रहना फिर इसे हालत च लिखिया ना दीनो दुनिया दर कमन दे आ बड़ी रुखसारे मां आ जेड़े तेरे केस की लत इथों की आई हुई है दोवे जहान ये बंधे हुए हर रोल कीमत यकदार मुझे यारवा दोए जहान तेरे क्रोम की कीमत नहीं ले सकते फिर कहते हैं सचिया पातशाह मां नवे आ रहे बताबे कमरे मेरी रानी हूं मैं नहीं चल सकता तेरी एक कोने अख का इशारा यक निगाह जहां फदा है इको निगाह तेरी जड़ी है कृपा कटा के अवलोकन चीनो दास का दुख बगाड़े हो मैं सारी जान का फैट पहुंच गया बस बाबा दरकार मेरे वास्ते बहुत खुश है जरा तेरा एक बार दर्शन देना है ओ आशिक दर दर्शन का प्रीतम हो है जेरी मैं तुम पढ़ी है गुरबाणी दी मुकद बैकुंठ है करा किया जेरे दर्शन दे प्रीतम हन ओना दा दल के हो जाई है कि जदो सतगुरु अकाल पुरख अवतार धार के आउंदा नाल ही आउंदे हन जदो जांदा नाल ही चले जांदे हन ओना नु ए नहीं जमन मरन न तिन को जो हर लड़ लागे जीवत से प्रवान होए हर कीर्तन जाके ओ जिस तरह अकाल पुरख निर्गुण तो सरगुण हो जाता है ओदा स्वरूप हो जाते हैं वो भी नाल ही सरगुण बन जाते हैं निर्गुण दे वेले निर्गुण सरगुण दे वेले सरगुण कागपत हुण दी कथा पढ़ो वो कहता किस वेले आउंदी है अग दी पढ़ लो मैं अग दा रूप हो जाना गुरु नानक देव अगे कहता है जिस वेले पानी दी आउंदी है पानी हो जाना जिस वेले पौण दी आउंदी है पौण हो जाना बख्श है काग पसंद क्यों चीज प्राप्त हुई सरगुण की उपासना से देखो भाई है ओहो ही निर्गुण आप सरगुण पियो ही कला धार जिन सगली मोही सरगुण निर्गुण थापा नाओ दो मेरे एक है तीनों उठाओ पर निर्गुण शब्द जेड़ा है ओ है अरबद नरबद तंदू कारा तरण न गगना हुक्म अपारा ना दर चंद सड़क प्यार न सूरज ओ वक्त पढ़ो मारू दसो ले महाराज कहते हैं फिर सुनो सुन कोई चीज नहीं हो तो निर्गुण स्वरूप जरा है अकाल पुरख का ओदा ना है निर्गुण बगैर गुण से जिस विच कोई गुण नहीं आवाज नहीं शकल नहीं ना वो उस तरह का निर्गुण होके किसी नु तार सकता है ना किसी नु भजन दस सकता है ना किसी नु दर्शन दे सकता है जदों सरगुण बन जाता है फिर सरगुण होके कोई रूप उधार के जेड़ा आउंदा है जिस रूप चाहुंदा है उहदे लोकां दा फिर सरगुण रूप होके उधार करदा है। काक बसुंड दी अपने
गुरु नाल चर्चा होंगे बहस हो गई। उन्हें आख्या मैं सरगुण की उपासना, उन्हें आख्या तू क्यों कहां कहां करना, उन्हें आख्या अच्छा भावे मैं कहां ही बन जावा पर मैं सरगुण की उपासना नहीं छड़नी। फिर गुरु जी के दिल च आया कि कितना दृढ़ विश्वासी आदमी है, कहने लगे तेरा हुण कहां दा जोड़ा, कहंदे ना हुण तुसीं कृपा करो मैनूं ऐसे जी ज्ञान रहण दिओ। गर्ग जी दे चित्त च शंका होई, गर्ग जी वेख्या कि रामचंद्र करण कारण और सीता के पिछे रोंदा फिरे, ब्रह्मा को गए, शिवा को गए, कुछ ना बनिया, शेषनाग को गए, उन्हें आख्या तू पार धुंध पहुंच जा, पढ़ो तुलसी रामायण, पता लगता है। असि ये तो कहने कि हिंदुआ का ग्रंथ है, फलाने का ग्रंथ है, वो भाई असि जे मुसलमान चीनिया लड़के व्यापार कर लें तो जे कोई सानू सच दे व्यापार की चीज किसी पुस्तक चो मिलती है तो कितनी सारी गलती है जी असि उस ना लीए। ਗਰਭ ਸੁੰਡ ਨੇ ਆਖਿਆ ਤੇ ਕੀ ਗੱਲ ਜੀ ਭੁੱਲਣਾ ਜਾਈ ਇਹਨੇ ਕੌਂਤ ਖਾਂ ਸਵਾਂਗੀ ਹੈ ਸਵਾਂਗ ਰਚਦਾ ਹੈ ਹਰਨ ਭਰਨ ਜਨਕਾ ਨੇਤਰ ਫੋਰ ਜੋ ਸ੍ਰਿਸ਼ਟੀ ਨੂੰ ਰਚ ਸਕਦਾ ਹੈ ਲੈ ਕਰ ਸਕਦਾ ਹੈ ਉਸ ਗੁਰੂ ਗੋਬਿੰਦ ਸਿੰਘ ਨੂੰ ਉਸ ਗੁਰੂ ਤੇਗ ਬਹਾਦਰ ਨੂੰ ਗੁਰੂ ਅਰਜਨ ਦੇਵ ਨੂੰ ਸਤਿਗੁਰੂ ਰਾਮ ਸਿੰਘ ਨੂੰ ਕੋਈ ਪਕੜ ਸਕਦਾ ਪਰ ਜਿਹੜਾ ਉਹ ਰੂਪ ਧਾਰਦਾ ਹੈ ਉਹ ਗੁਰੂ ਅਰਜਨ ਦੇਵ ਪੜ੍ਹ ਕੇ ਦੇਖੋ ਪੁਸਤਕ ਅੱਗ ਦੇ ਉੱਤੇ ਬੈਠੇ ਕਦੀ ਵਸਦੇ ਹਰੀ ਮੰਦਰ ਲਗਾ ਸੋਨਾ ਜਿਹਦੇ ਅੰਦਰ ਬੈਠੇ ਦੇਖ ਤੱਤੀ ਹੈ ਸਮੇਂ ਨੇ ਜੇਲ ਮਾਰਾ ਹੈ ਸਮਾਂ ਬਣਾਇਆ ਕਿਹਦਾ ਉਹਦਾ ਆਪਣਾ ਉਹ ਆਪਣੇ ਕੌਤਕ ਆਪ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੇ ਕੋਈ ਪੜ੍ਹ ਕੇ ਦੇਖੇ ਤਾਂ ਪਤਾ ਲੱਗਦਾ ਕਿ ਨੌ ਮਹੀਨੇ ਸੈਫਾਬਾਦ ਦੇ ਕਿਹੜੇ ਕਿਹੜੇ ਜਿਹਦਾ ਨਾਮ ਬਹਾਦਰ ਜਿਹੜਾ ਪਟਿਆਲੇ ਚ ਮੁਸਲਮਾਨ ਨੇ ਸਾਹਮਣੇ ਰੱਖੇ ਮੁਸਲਮਾਨ ਸੇਵਕ ਬਣਿਆ ਰਿਹਾ ਚਾਰ ਦਿਨ ਸਮਾਣੇ ਚ ਰਹੇ ਸਮਾਣੇ ਇਹ ਵੀ ਆ ਕੇ ਮੁੜ ਗਏ ਉਹਨਾਂ ਨੇ ਸਹੀਦ ਦੇ ਕਰ ਰਹੇ ਜਿੱਦਣ ਆਪਣੀ ਰਜਾ ਆਈ ਉੱਥੇ ਆਗਰੇ ਜਾ ਕੇ ਵਿਸ਼ਾਲਾ ਦੇ ਕੇ ਤੇ ਜਾਲੀ ਨੂੰ ਭੇਜ ਕੇ ਆਪਣੀ ਮਰਜ਼ੀ ਸੀ ਫਿਰ ਉਸ ਤਰ੍ਹਾਂ ਬਣਾਉਣੀ ਸੀ ਜਿਹੜੇ ਪੁਰਸ਼ ਇਹ ਗੱਲ ਕਹਿੰਦੇ ਨੇ ਉਹਨਾਂ ਨੂੰ ਕਿਸੇ ਨੇ ਫੜ ਲਿਆ ਉਹਨਾਂ ਦੇ ਕੁੱਤੇ ਨੂੰ ਨੀ ਕੋਈ ਫੜ ਸਕਦਾ ਚੀਜ਼ ਆ ਗਈ ਆ ਹੁਣ ਸੰਤ ਸਿੰਘ ਜੀ ਗੁਜਰਪੁਰਾ ਪਿੰਡ ਸੀ ਉਹਨਾਂ ਦਾ ਦਰਸ਼ਨ ਕਰਨ ਦੇ ਲਈ ਵੀਕ ਉਹ 90 ਸਾਲ ਤੋਂ ਉੱਤੇ ਸਰੀਰ ਚੱਲਿਆ ਮੈਂ ਉਹਨਾਂ ਦਾ ਦਰਸ਼ਨ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਜਿਸ ਵੇਲੇ ਰੰਗੂਨ ਆ ਗਏ ਉਹ ਕਲਕੱਤੇ ਰਹਿੰਦੇ ਰਹੇ ਕਲਕੱਤੇ ਉਹਨਾਂ ਨੇ ਬੰਗਾਲੀਆਂ ਨੂੰ ਸਿੱਖ ਸਜਾਇਆ ਉੱਥੇ ਉਹ ਰਹਿੰਦੇ ਸਨ ਬਹੁਤ ਸਖ਼ਤ ਪਹਿਰਾ ਹੋ ਗਿਆ ਜਹਾਜ਼ ਉੱਤੇ ਸਤਿਗੁਰਾਂ ਦਾ ਦਰਸ਼ਨ ਕਰਨ ਕਿਸੇ ਨੂੰ ਨਾ ਜਾਣ ਦਿੱਤਾ ਜਾਏ ਆਪ ਉਹਨਾਂ ਮੈਨੂੰ ਬਚਨ ਸੁਣਾਇਆ ਚਿੱਤ ਨੂੰ ਖਿੱਚ ਬੜੀ ਲੱਗੀ ਹੋਈ ਅਸੀਂ ਤੇ ਹੁਣ ਸੁਣੀ ਸਿੱਖ ਹਾਂ ਜਿਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਜਿਹਨਾਂ ਨੂੰ ਉਹ ਚੀਜ਼ ਪ੍ਰਾਪਤ ਹੋਈ ਇਸ ਗੱਲ ਨੂੰ ਉਹ ਜਾਣਦੇ ਸਾਹਿਬ ਰਾਮ ਕੌਰ ਜੀ ਦਾ ਪ੍ਰਸੰਗ ਪੜੋ ਜਦੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੱਖਣ ਨੂੰ ਜਾਣ ਲੱਗੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਤਾਂ ਫਿਰ ਦਰਸ਼ਨ ਵਗੈਰਾ ਪ੍ਰਸ਼ਾਦਾ ਨਹੀਂ ਛੱਡਦਾ ਮੇਰਾ ਕੀ ਹਾਲ ਹੋਵੇਗਾ ਸਾਹਿਬ ਕਹਿੰਦੇ ਤੈਨੂੰ ਰੋਜ਼ ਦਰਸ਼ਨ ਹੋਇਆ ਕਰੇ ਉਹ ਨਹੀਂ ਬਗੈਰ ਦਰਸ਼ਨੋਂ ਬਚਦੇ ਕਹਿਣ ਲੱਗੇ ਚਿੱਤ ਨੂੰ ਬੜੀ ਖਿੱਚ ਲੱਗੀ ਢਾਕੇ ਵਾਲੇ ਪਾਸੇ ਨੂੰ ਤੁਰ ਪਏ ਹੁਣ ਦਾਣਾ ਵੱਡਾ ਵੱਡਾ ਗੋਰਾ ਰੰਗ ਉਹ ਬੰਗਾਲੀ ਕਾਲੇ ਸਿਰ ਮੂੰਹ ਮੁੰਨੇ ਵਾਲੇ ਉੱਥੇ ਕਿਸ ਤਰ੍ਹਾਂ ਨਾਲ ਸਕਣ ਉਹਨਾਂ ਚ ਢਾਕੇ ਦੇ ਸੁਪਰਡੈਂਟ ਪੁਲਿਸ ਨੇ ਪਕੜ ਲਏ ਔਰ ਇਹ ਬਾਰ ਬਟਨ ਨੇ ਇੱਕ ਬਾਰ ਬਟਨ ਅੰਗਰੇਜ਼ ਸੀ ਜਿਹੜਾ ਮਿੱਸਾ ਜਿਹਾ ਸੀ ਕਸ਼ਮੀਰਨ ਦੇ ਪੇਟੋਂ ਸੀ ਅੰਗਰੇਜ਼ ਦਾ ਬੱਚਾ 21 ਸਾਲ ਪੁਲਿਸ ਸੁਪਰਡੈਂਟ ਨੂੰ ਲੁਧਿਆਣੇ ਲਗਾ ਰਿਹਾ ਇਸੇ ਵਾਸਤੇ ਕਿ ਨਾਮਦਾਰੀ ਅਖੰਡ ਪਾਠ ਨਾ ਕਰਨ ਕੁਛ ਨਾ ਕਰਨ ਉਸਨੇ ਸਾਰੇ ਲਿਖ ਕੇ ਭੇਜਿਆ ਸੀ ਇਹਨਾਂ ਸਵਾਮੀ ਜੀ ਇਹਨਾਂ ਨੂੰ ਅਸੀਂ ਕਹਿੰਦੇ ਸਾਂ ਤਖ਼ਤ ਸਿੰਘ ਜੀ ਬਾਬਤ ਕਿ ਉੱਡ ਜਾਂਦਾ ਕਹਿਣ ਲੱਗੇ ਢਾਕੇ ਵਾਲੇ ਨੇ ਸਾਨੂੰ ਫੜ ਕੇ ਪਹਿਲਾਂ ਚ ਬੇੜੀ ਪਾ ਲਈ ਹੱਥਾਂ ਚ ਅੱਖੜੀਆਂ ਲਾ ਲਈਆਂ ਜਿਸ ਵੇਲੇ ਸਾਨੂੰ ਲੈ ਕੇ ਗਏ ਅੱਗੇ ਜਾ ਕੇ ਕਹਿੰਦਾ ਹੈ ਕਿ ਮੈਨੇ ਸੁਣਿਆ ਕਿ ਤੁਮ ਉੱਡ ਜਾਂਦੇ ਹੋ ਮੈਂ ਕਹਿੰਦੀ ਮੈਨੂੰ ਤਾਂ ਕੋਈ ਪਤਾ ਨਹੀਂ ਕਹਿਣ ਲੱਗੇ ਸਤਿਗੁਰਾਂ ਨੇ ਜਿਸ ਵੇਲੇ ਬਖਸ਼ਿਸ਼ ਕੀਤੀ ਇਸ ਤਰ੍ਹਾਂ ਕਿ ਮੈਂ ਹੱਥੜੀਆਂ ਲਾ ਤੀਆਂ ਇਸ ਤਰ੍ਹਾਂ ਬੇੜੀਆਂ ਲਾ ਤੀਆਂ ਆਖਿਆ ਲਓ ਵੀ ਮੈਂ ਜਾਣਾ ਕੋਈ ਨਾ ਫੜ ਸਕਿਆ ਸਤਿਗੁਰਾਂ ਨੇ ਕਿਹਾ ਨਹੀਂ ਭਾਈ ਦੱਸਿਆ ਇਹ ਕੰਮ ਨਹੀਂ ਕਰਨਾ ਜਦੋਂ ਸਤਿਗੁਰਾਂ ਕੋਲ ਰੰਗੂਨ ਪਤਾ ਪਹੁੰਚਿਆ ਉਸ ਤੋਂ ਬਾਅਦ ਫਿਰ ਆਪ ਕੈਦ ਹੋ ਕੇ 1.5 ਸਾਲ ਜਾ ਕੇ ਪਿਸ਼ੌਰ ਚ ਪੱਥਰ ਕੁੱਟੇ ਸਤਿਗੁਰੂ ਦੇ ਸਿੱਖ ਪੜੋ ਇਤਿਹਾਸ ਔਰੰਗਜ਼ੇਬ ਕਹਿੰਦਾ ਜਿਸ ਵੇਲੇ ਭਾਈ ਦਇਆ ਸਿੰਘ ਜੀ ਜਾ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਖਾਲਸਾ ਹੋਇਆ ਤੇ ਹੋਇਆ
ਜਿਹੜਾ ਪਹਿਲੇ ਹੋ ਗਿਆ ਦੁੱਖ ਪਾਵੇਗਾ ਕਿਉਂਕਿ ਤਾਕਤ ਤੇ ਉਹਦੇ ਚ ਵੀ ਸੀ ਜਿਹੜਾ ਧਿਆਨ ਦੇਣ ਦੀ ਲੋੜ ਹੈ ਜੇ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਔਰੰਗਜ਼ੇਬ ਦਾ ਨਾਂ ਸੁਧਰ ਸਪਸ਼ ਸੀ ਦੇਵਤਾ ਸੀ ਪਹਿਲੇ ਜਨਮ ਵਿੱਚ ਸਾਹਿਬ ਜਿਸ ਵਕਤ ਦੁਸ਼ਮਣ ਦੇ ਨਾਮ ਨਾਲ ਤਪ ਕਰਦੇ ਸਨ ਇਸ ਨੇ ਕਿਵੇਂ ਕਰਨਾ ਸਾਹਿਬ ਸਾਹਿਬ ਜੀ ਜਿਹੜਾ ਧਿਆਨ ਦੇਣਾ ਅਸੀਂ ਵੀ ਉਹਨਾਂ ਗੁਰੂਆਂ ਦੇ ਸਿੱਖ ਸੁਣਾਉਂਦੇ ਹਾਂ ਰਾਕਸ਼ਾਂ ਦੀ ਸੰਗਤ ਕੀਤੀ ਉਹਨਾਂ ਦੀ ਸੰਗਤ ਕਰਕੇ ਸ਼ਰਾਬ ਪੀਤੀ ਇਸਨੇ ਸ਼ਰਾਬ ਪੀਤੀ ਹੋਈ ਜਿਸ ਵੇਲੇ ਮਹਾਰਾਜ ਨੇ ਦੀਵਾਨ ਚ ਆਇਆ ਤਾਂ ਦੁੱਧ ਲਿਆਂਦਾ ਗਿਆ ਬਿਨਾਂ ਪੁਣਿਆ ਬਿਨਾਂ ਪੁਣਿਆ ਦੁੱਧ ਗਊ ਦਾ ਪੀ ਗਿਆ ਉਸ ਦੁੱਧ ਪੀਣ ਦੇ ਨਾਲ ਇਸ ਦਾ ਜਨਮ ਮਲੇਸ਼ੀਆ ਦੇ ਘਰ ਮੁਸਲਮਾਨਾਂ ਦੇ ਮਹਾਰਾਜ ਨੇ ਆਖਿਆ ਜਾਓ ਮਲੇਸ਼ ਪੁੱਤ ਤੇਰੇ ਸਭ ਦਾ ਫਲ ਤੈਨੂੰ ਰਾਜ ਮਿਲੇਗਾ ਉੱਤੋਂ ਤੁਰ ਪਿਆ ਤੁਰਿਆ ਆਉਂਦਾ ਕਹਿੰਦਾ ਆਉਂਦਾ ਅੱਛਾ ਜੇ ਮੈਨੂੰ ਰਾਜ ਮਿਲ ਗਿਆ ਦੋ ਕਾ ਇੱਕ ਅੱਗੇ ਸਾਹਿਬ ਤਪ ਕਰਦੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਦੋ ਕੇ ਤੀਨ ਕੌਣ ਆਦਮੀ ਹੈ ਜਿਸਨੇ ਮੇਰੀ ਸਾਰੀ ਗੱਲ ਵਿੱਚ ਇਹ ਚੀਜ਼ ਕੀਤੀ ਹੈ ਕਹਿਣ ਲੱਗੇ ਤੂੰ ਕੀ ਕਿਹਾ ਮਹਾਰਾਜ ਕਹਿੰਦੇ ਬਾਈ ਤੂੰ ਦੱਸ ਪਹਿਲਾਂ ਕੀ ਕਹਿੰਦਾ ਜਾਣਾ ਹੈ ਉਹਨੇ ਆਖਿਆ ਮੈਨੂੰ ਆ ਹੁਕਮ ਲਿਆ ਮੈਂ ਬਾਦਸ਼ਾਹ ਹੋ ਕੇ ਚੱਲਿਆ ਮੈਂ ਇੱਕੋ ਹੀ ਮੁਸਲਮਾਨੀ ਗੱਲ ਦੇਣੀ ਹੈ ਉਹਨੇ ਆਖਿਆ ਦੇਖੀ ਜੇ ਸਾਡੀ ਸ਼ਕਤੀ ਅਸੀਂ ਤੀਸਰਾ ਪੰਥ ਪੈਦਾ ਕਰਾਂਗੇ ਵਿੱਚੋਂ ਕਹਿਣ ਲੱਗਾ ਤੁਸੀਂ ਤਾਂ 40 ਸਾਲਾਂ ਨੂੰ ਆਉਣਾ ਮੈਂ ਤੇ ਉਦੋਂ ਤਾਂ ਖਤਮ ਕਰ ਲਿਆ ਕਹਿਣ ਲੱਗੇ ਦੇਖ ਜੇ ਤਾਂ ਰਿਹਾ ਆਪਣੇ ਕਰਾਰ ਸਿਰ ਫਿਰ ਤੇ ਅਸੀਂ 40 ਸਾਲ ਨੂੰ ਆਵਾਂਗੇ ਨਹੀਂ ਦੇਖ 40 ਸਾਲ ਅਕਾਲ ਪੁਰਖ ਨੂੰ ਮੁਜਰੇ ਸੀ ਤੇਰੇ ਮਗਰੇ ਮਗਰ ਆਏ ਕਦੇ ਸ਼ਰਾਬ ਦੇ ਪੀਣ ਦਾ ਇਹ ਫਲ ਹੋਇਆ ਅਣਪੁਣਿਆ ਗਊ ਦਾ ਦੁੱਧ ਪੀਤਾ ਕੋਈ ਹਿੰਦੂ ਕੋਈ ਸਿੱਖ ਚਾਹੇ ਉਹ ਅਕਾਲੀ ਚਾਹੇ ਖੂਸਾ ਚਾਹੇ ਕੋਈ ਗੁਰੂ ਦੇ ਸਿੱਖ ਤਾਂ ਸਾਰੇ ਹਾਂ ਭਾਈ ਸ਼ਰਾਬ ਕਿਵੇਂ ਕਰੋ ਇਹਦਾ ਖਹਿੜਾ ਛੱਡੋ ਇਹ ਬੜੀ ਬੁਰੀ ਚੀਜ਼ ਹੈ ਕੋਈ ਮਜ਼ਹਬ ਬਗੈਰ ਬਾਂਬ ਮਾਰ ਗਈਆਂ ਤੋਂ ਹਿੰਦੂਆਂ ਨੂੰ ਇਜਾਜ਼ਤ ਨਹੀਂ ਸਿੱਖਾਂ ਨੂੰ ਇਜਾਜ਼ਤ ਨਹੀਂ ਮੁਸਲਮਾਨਾਂ ਚ ਇਜਾਜ਼ਤ ਨਹੀਂ ਪੀਵੇ ਕੋਈ ਤੰਬਾਕੂ ਐਸੀ ਚੀਜ਼ ਹੈ ਜਿਸ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਇਸ ਦਾ ਨਾਂ ਜਗਤ ਜੂਠ ਲਿਖਿਆ ਹੈ ਮਦਰਾ ਦਹਿਤਾ ਸਾਤ ਕੁਲ ਭੰਗ ਦਹੇ ਕੁਲ ਏਕ ਇਹ ਅਗਲੀ ਤੁਕ ਮੈਨੂੰ ਭੁੱਲ ਗਈ ਹੈ ਸੰਤਾਂ ਜੀ ਚ ਲਿਖਿਆ ਜਗਤ ਜੂਠ ਅਨੇਕ ਫਿਰ ਤੁਸੀਂ ਪੁਰਾਣਾ ਵਿੱਚ ਲਿਖਿਆ ਹੋਇਆ ਪੜ੍ਹ ਕੇ ਵੇਖੋ ਉੱਥੇ ਲਿਖਿਆ ਹੈ ਕਿ ਧੂਮਰ ਬਾਣ ਰਤਨ ਵਿਪਰਾ ਜਾਏ ਤੇ ਗ੍ਰਾਮ ਸੂਕਰਾ ਜੋ ਬ੍ਰਹਿਮਣ ਧੂਮਰ ਬਾਣ ਕਰਦਾ ਹੈ ਧੂੰਆਂ ਪੀਂਦਾ ਹੈ ਉਹ ਗ੍ਰਾਮ ਦਾ ਸੂਰ ਬਣਦਾ ਹੈ ਜੰਗਲੀ ਸੂਰ ਨਹੀਂ ਜਿਹੜਾ ਬਾਹਰ ਦੀਆਂ ਕੋਈ ਖੇਤੀਆਂ ਖਾਵੇ ਖਾਈਆਂ ਵਿੱਚ ਫਿਰਦਾ ਹੈ ਰਿਸ਼ਤਾ ਖਾਂਦਾ ਹੈ ਜਿਹੜਾ ਦਾਤਾ ਉਸਨੂੰ ਦਾਨ ਦੇਵੇ ਉਹ ਨਰਕਾਂ ਵਿੱਚ ਜਾਂਦਾ ਕਿ ਜਿਤਨਾ ਚਿਰ ਇਹਨੂੰ ਦੇ ਔਰਤ ਨੂੰ ਜਿਤਨਾ ਚਿਰ ਚੰਦਰਮਾ ਔਰ ਸੂਰਜ ਮੇਰੇ ਨਾਲ ਬੀਕਾਨੇਰ ਦੇ ਰਾਜ ਵਿੱਚ ਲਾਹੌਰ ਮੈਂ ਗਿਆ ਸਾਂ ਉਹਦੇ ਨਾਲ ਇੱਕ ਭੂਕਰ ਕਾ ਜਗ੍ਹਾ ਹੈ ਉੱਥੋਂ ਦਾ ਰਾਓ ਚਾਰ ਪੰਜ ਸ਼ਾਮੀ ਇਤਨੇ ਨੇ ਬੀਕਾਨੇਰ ਚ ਵੱਡੇ ਹਨ ਕਈ ਪਿੰਡਾਂ ਦਾ ਮਾਲਕ ਹੈ ਮੇਰੇ ਨਾਲ ਗੱਡੀ ਚੜ ਗਿਆ ਬੈਠੇ ਬੈਠੇ ਬਚਨ ਬਲਾਸ ਤੁਰ ਪਿਆ ਉਹ ਸਿਗਰਟ ਪੀਂਦਾ ਸੀ ਮੈਂ ਉਸਨੂੰ ਕਿਹਾ ਬਾਈ ਮੇਰੀ ਗੱਲ ਤੇ ਜਾਣ ਦੇ ਤੂੰ ਸੱਜਣਾ ਆ ਹਿੰਦੂਆਂ ਚ ਲਿਖਿਆ ਉਸਨੇ ਕਿਹਾ ਲਓ ਜੀ ਮੈਂ ਛੱਡ ਦਿੱਤੀ ਮੈਨੂੰ ਸਾਲ ਬਾਅਦ ਮਿਲਿਆ ਉਹਨਾਂ ਆਖਿਆ ਮੈਂ ਨਹੀਂ ਜੀ ਮੁੜ ਕੇ ਹੱਥ ਲਾਇਆ ਮੈਂ ਉਹਦੇ ਤੋਂ ਕੁਛ ਨਹੀਂ ਦੂਸਰੀ ਚੀਜ਼ ਭਾਈ ਧਿਆਨ ਦਿਓ ਮਾਸ ਵਿਚਾਰ ਨਾਲ ਦੇਖਿਆ ਜਾਵੇ ਤਾਂ ਗੁਰੂ ਸਾਹਿਬ ਸੀਏ ਉੱਪਰ ਨੂੰ ਜਦੋਂ ਆਪਣੇ ਲੜਕੀਆਂ ਦੀਆਂ ਰੀਤਾਂ ਕਰਾਉਣ ਲੱਗਾ ਹੈ ਵੱਖਰੇ ਮਾਰਨ ਲੱਗਾ ਸਾਹਿਬਾਂ ਨੇ ਆਖਿਆ ਉਹ ਇਹ ਕੰਮ ਨਾ ਕਰਕੇ ਮੈਂ ਮੈਨੂੰ ਪੁੱਲ ਨਹੀਂ ਵਸਣ ਦੇਣਾ ਕਹੋ ਜਾ ਕੇ ਨਾਲ ਹੈ ਵੀ ਗੁਰੂ ਸਾਹਿਬ ਨੇ ਮੈਨੂੰ ਕਰਨ ਦਿੰਦੇ ਪੜ੍ਹੋ ਸੂਰਜ ਪ੍ਰਤਾਪ ਭਾਈ ਗੁਰਦਾਸ ਕੀ ਕਹਿੰਦਾ ਸੀ ਪਜੂਤੀ ਬੱਕਰੀ ਮਰਦੀ ਹੋਈ ਕਿਰਕਿਰ ਹੱਸੀ ਸੀ ਪੁੱਛਿਆ ਦਸਮਾਦ ਹੋਏ ਇਹਦਾ ਅਸਰ ਕਿਉਂ ਰਹਿ ਕਰ ਹੱਸੀ ਮੈਨੂੰ ਕਰਨ ਦੀ ਬੱਕਰੀ ਉੱਥੋਂ ਮਾਰੇ ਚੀਚਰ ਖੱਸੀ ਅੱਜ ਤੂੰ ਧੂੜਾ ਖਾਂਦੇ ਹਨ ਕੋ ਕੋ ਖਲੇ ਖਲ ਬਨਸੀ ਉਹ ਮਾਸ ਖਾਣ ਗੜ ਵੱਢ ਕੇ ਹਾਲ ਤਿਲਾਰਾ ਕੌਣ ਹੋਵੇ ਸੀ
ਉਹਨੇ ਕਸਾਈ ਬੱਕਰੀ ਰਾਜ ਨੂੰ ਸਿੱਖ ਮਾਸ ਪਰੋਇਆ ਅਸਲ ਬੋਲੇ ਕੋਈ ਵੀ ਖਾਧੇ ਆ ਕਹਾਲੇ ਹੋਇਆ ਉਹ ਮਾਸ ਖਾਣ ਕਰ ਵੱਧ ਕੇ ਹਰ ਕਿਨਾਰਾ ਕੌਣ ਹਲੋਇਆ ਹੁਣ ਵੱਡਾ ਪਾਰਾ ਸਾਡੇ ਚ ਬੁੱਧ ਮਜ਼ਹਬ ਹੈ ਬੁੱਧ ਮਜ਼ਹਬ ਵਾਲੇ ਲੋਕ ਇਹ ਗੱਲ ਤਾਂ ਕਹਿੰਦੇ ਹਨ ਅਹਿੰਸਾ ਪਰਮੋ ਧਰਮ ਪਰ ਕਰਦੇ ਕੀ ਹਨ ਅਗੇ ਜੀ ਮਾਰਨਾ ਨਹੀਂ ਮਰਿਆ ਕੋਈ ਦੇਵੇ ਤਾਂ ਖਾ ਲੈਣਾ ਚੱਕਰਵਰਤੀ ਜੀ ਨੇ ਉੱਥੇ ਦੱਸਿਆ ਸੀ ਕਿ ਬੁੱਧ ਮਹਾਤਮਾ ਜੀ ਦੀ ਮੌਤ ਹੀ ਸੂਰ ਦਾ ਮਾਸ ਖਾਣ ਕਰਕੇ ਹੋਈ ਜਿਹੜੇ ਅਹਿੰਸਾ ਪਰਮਾ ਧਰਮਾਂ ਦੇ ਅਵਤਾਰ ਹਨ ਸਾਡੇ ਸਤਿਗੁਰੂ ਸਾਡੇ ਕੋਲ ਇੱਕ ਮਿਸਾਲ ਬੜੀ ਭਾਰੀ ਅਜੇ ਹੈ ਕੋਈ ਆਦਮੀ ਭੁੱਖਿਆਂ ਨੂੰ ਤੁਸੀਂ ਛੱਡੋ ਕਹਿਦਾ ਹਜ਼ੂਰ ਸਾਹਿਬ ਜਿਹੜਾ ਜਾਵੇ ਉਹ ਪਤਾ ਕਰ ਸਕਦਾ ਹੈ ਕਿ ਗੁਰੂ ਕੇ ਲੰਗਰ ਵਿੱਚ ਮਾਸ ਰਿੰਝ ਸਕਦਾ ਹੁਕਮ ਨਹੀਂ ਫਿਰ ਲਾਂਗਰੀ ਸਿੰਘ ਜਿਹੜੇ ਜਾ ਕੇ ਲੱਗਦੇ ਹਨ ਉਹ ਬਾਹਰ ਖਾ ਲੈਂਦੇ ਜਿਹੜਾ ਪੁਜਾਰੀ ਸਾਹਿਬਾਂ ਦੇ ਤਖ਼ਤ ਦੀ ਸ਼ਸਤਰਾਂ ਦੀ ਸੇਵਾ ਕਰਦਾ ਹੈ ਅੰਦਰ ਲਈ ਉਹ ਲੰਗਰ ਦਾ ਪ੍ਰਸ਼ਾਦਾ ਉਸ ਦਾ ਵੀ ਨਹੀਂ ਛਕਦਾ ਹੈ ਕਿਉਂਕਿ ਬੜੇ ਕਸੂਤੇ ਨੀ ਜਿਹੜੇ ਗੜਵੀ ਨਹੀਂ ਦਿੰਦੇ ਨਹਾਉਣ ਨੂੰ ਇਹਨਾਂ ਨੂੰ ਵੀ ਉੱਥੋਂ ਮਿਲਿਆ ਹੋਇਆ ਸਾਹਿਬਾਂ ਨੇ 3.5 ਮਹੀਨੇ ਭਾਈ ਰਾਜ ਸਿੰਘ ਜੀ ਨੂੰ ਭੇਜਿਆ ਜਿਹਨਾਂ ਨੇ ਜਾ ਕੇ ਸਾਰੀ ਹਜ਼ੂਰ ਸਾਹਿਬ ਦੀ ਮਰਜ਼ਾਦਾ ਲਿਖੀ ਮੁੜ ਕੇ ਲੈ ਕੇ ਆਏ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਖੇਡੇ ਖਾਵੇ ਖਾਲਸਾ ਮੋਹ ਸੰਭਾਲੋ ਸਾਧ ਮੈਂ ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ ਗੁਰੂ ਨਾਨਕ ਨੇ ਕਰਨੀ ਨਾਵੇਂ ਕਿਹਾ ਸੀ ਸਤਿਗੁਰਾਂ ਨੇ ਆਪਣੀ ਕੋਈ ਗੱਲ ਨਹੀਂ ਕੀਤੀ ਮਰਜ਼ਾਦਾ ਹਜ਼ੂਰ ਸਾਹਿਬ ਤੋਂ ਲਿਖ ਕੇ ਲਿਜਾ ਕੇ ਫੇਰ ਭੈਣੀ ਸਾਹਿਬ ਅੰਮ੍ਰਿਤ ਛਕਾ ਕੇ ਫੇਰ ਸਿੱਖਾਂ ਨੂੰ ਮਰਜ਼ਾਦਾ ਦੇ ਦੋਹਰਿਆ ਹਜ਼ੂਰ ਸਾਹਿਬ ਦੇ ਲੰਗਰ ਵਿੱਚ ਭਾਈ ਖਾਲਸੇ ਹੋ ਸਾਡੇ ਉਹ ਸੱਜਣੋ ਮਿੱਤਰੋ ਉੱਥੇ ਲੰਗਰ ਵਿੱਚ ਅਜੇ ਤੱਕ ਮਾਸ ਨਹੀਂ ਪੈ ਸਕਦਾ ਜੇ ਮਾਸ ਪੈਂਦਾ ਹੋਵੇ ਮਾਸ ਦਾ ਭੋਗ ਵੀ ਲੱਗੇ ਜਾਂ ਤਹਿ ਤੋੜਾਂ ਦਾ ਭੋਗ ਲੱਗਦਾ ਹੈ ਜਾਂ ਸੀਧੀ ਦੇਗ ਦਾ ਲੱਗਦਾ ਹੈ ਜਾਂ ਕੜਾਹ ਪ੍ਰਸ਼ਾਦ ਦਾ ਲੱਗਦਾ ਹੈ ਪਤਾਸਿਆਂ ਦਾ ਲੱਗਦਾ ਜਿਸ ਆਦਮੀ ਦੀ ਮਰਜ਼ੀ ਹੈ ਦੇਖ ਸਕਦਾ ਕੱਲ ਨੂੰ ਪਤਾ ਨਹੀਂ ਕੋਈ ਇੰਤਜ਼ਾਮ ਬਦਲ ਕੇ ਕੋਈ ਕੁਛ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਅਦ ਤੋਂ ਅੱਜ ਤੱਕ ਇਹ ਚੀਜ਼ ਹੈ ਉੱਥੇ ਕਾਇਮ ਤਾਂ ਇਹ ਚੀਜ਼ਾਂ ਸਾਹਿਬ ਛੁਡਾਉਣ ਵਾਸਤੇ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੇ ਫੇਰ ਸਮਾਂ ਮਿਲੇਗਾ ਹੁਣ ਮੈਂ ਇੱਥੇ ਭੋਗ ਪਾ ਦੇਣਾ ਮਗਰ ਥੋੜ੍ਹਾ ਜਿਹਾ ਅੱਜ ਜਿਹੜਾ ਕੀਰਤਨ ਵਾਲਿਆਂ ਦਾ ਕੋਈ ਥੋੜ੍ਹਾ ਜਿਹਾ ਮੌਜ ਮੇਲਾ ਸੁਣਨਾ ਚੱਕਰਵਰਤੀ ਜੀ ਵੀ ਕੁਛ ਕਿਰਪਾ ਕਰਨਗੇ ਥੋੜ੍ਹੀ ਜਿਹੀ ਅਤੇ ਨਿਤਨੇਮ ਵੀ ਕਰਨਾ ਸਾਨੂੰ ਤੇ ਉਹ ਭਾਈ ਕਾਲੂ ਹੋਰੀ ਚਿਰਾਗੀ ਹੁੰਦੇ ਸੀ ਅੱਜ ਕੱਲ੍ਹ ਜਦੋਂ ਬਸੰਤ ਦੇ ਦਿਨਾਂ ਜਾਸਾ ਦੀ ਵਾਰ ਤੋਂ ਮਗਰੋਂ ਬਸੰਤ ਦੀ ਵਾਰ ਵੀ ਜ਼ਰੂਰੀ ਗੱਲ ਹੈ ਇੱਕ ਸ਼ਬਦ ਬਸੰਤ ਦਾ ਪੜ੍ਹ ਕੇ ਵਾਰ ਪੜ੍ਹਨੀ ਮੈਂ ਕਿਹਾ ਭਾਈ ਕਾਲੂ ਅੱਜ ਵਾਰ ਛੱਡ ਗਿਆ ਬਸੰਤ ਦੀ ਕਹਿਣਾ ਸਾਤੋਂ ਤਾਂ ਆਸਾ ਦੀ ਵਾਰ ਦੇ ਲਾਜ ਹੀ ਨਹੀਂ ਮੁੱਕਦੇ ਜੇ ਅਸੀਂ ਦੇਖਣ ਲੱਗੀਏ ਸਾਡਾ ਤਾਂ ਵਕਤ ਹੀ ਉਂਝ ਅਸੀਂ ਬੇਸ਼ੱਕ ਕੁਛ ਕਰੀਏ ਸਿੱਖ ਦਾ ਜਿਹੜਾ ਟਾਈਮ ਹੈ ਅਗਰ ਸਿੱਖ ਦਾ ਟਾਈਮ ਟੇਬਲ ਦੇਖਿਆ ਜਾਏ ਇੱਕ ਪ੍ਰੇਮ ਸੁਮਾਰਕ ਗ੍ਰੰਥ ਹੈ ਗੁਰੂ ਗੋਬਿੰਦ ਸਿੰਘ ਦਾ ਬਣਿਆ ਹੋਇਆ ਉਹ ਲੱਭ ਨਹੀਂ ਅੱਜ ਕਰ ਸਕਦਾ ਬਹੁਤ ਘੱਟ ਕਿਤੇ ਮਿਲਦਾ ਦੇਖੋ ਪੜ੍ਹ ਕੇ ਪੰਜ ਪਾਠ ਜਪ ਜਾਪ ਦੇ ਸਿੱਖ ਕਰੇ ਰਹਿ ਰਾਤ ਨਾਲ ਵੀ ਸਿੱਖ ਜਪ ਜਾਪ ਦਾ ਪਾਠ ਕਰੇ ਆਰਤੀ ਸੋਹਣੇ ਨਾਲ ਵੀ ਜਪ ਜਾਪ ਦਾ ਪਾਠ ਕਰੇ ਪੰਜ ਪਾਠ ਜਪ ਜਾਪ ਦੇ ਕਰੇ ਪੰਜ ਗ੍ਰੰਥ ਬਾਣੀ ਪੜ੍ਹੇ ਸੌ ਪੱਤਰਾ ਮਹਾਰਾਜ ਦੇ ਗ੍ਰੰਥ ਸਾਹਿਬ ਜੀ ਦਾ ਪੜ੍ਹੇ ਪੰਜ ਮਾਲਾ ਪੱਕੀਆਂ ਭਜਨ ਦੀਆਂ ਫੇਰੇ ਜਿਹਨਾਂ ਨੂੰ 10 ਘੰਟੇ ਲੱਗਦੇ ਨਹੀਂ ਤੇ 7.5 ਤੋਂ ਘੱਟ ਤੇ ਨਹੀਂ ਫਿਰਦੀਆਂ ਖਿੱਚ ਜੇ ਤੇ ਭਾਵੇਂ 1 ਘੰਟੇ ਚ 5 ਲੰਘਾ ਦਈਏ ਆਪਣੇ ਹੱਥ ਦਾ ਪ੍ਰਸ਼ਾਦ ਪਾਣੀ ਛੱਡੇ ਇਹ ਬਿਹੰਗਮ ਦੀ ਰਹਿਤ ਹੈ ਪੰਜ ਬਾਣੀਆਂ ਘੱਟ ਤੋਂ ਘੱਟ 2.5 ਮਾਲਾ ਘੱਟ ਤੋਂ ਘੱਟ 25 ਪਤਰੇ ਦਾ ਪਾਠ ਇਹ ਘੱਟ ਤੋਂ ਘੱਟ ਗ੍ਰਿਸ਼ਤੀ ਸਿੱਖ ਵੀ ਰੋਜ਼ ਕਰੇ ਪਰ ਹੁਣ ਸਾਡਾ ਤਾਂ ਕੰਮ ਹੀ ਹੋਰ ਹੋ ਗਿਆ ਸਾਨੂੰ ਇੱਕ ਚੀਜ਼ ਮੈਂ ਹੋਰ ਅੱਜ ਕਰਨੀ ਹੈ ਬੜੀ ਕਿਰਪਾ ਹੈ ਗੁਰੂ ਦੀ ਇੱਥੇ ਨਾਮਧਾਰੀ ਸਾਹ ਸੰਗਤ ਤੇ ਬਹੁਤ ਕਿਰਪਾ ਹੋ ਗਈ ਹੈ ਪਤਾ ਨਹੀਂ ਕਿਤੇ ਕੋਈ ਭੁੱਲ ਚੁੱਕ ਕੇ ਚਲਾ ਜਾਂਦਾ ਹੋਵੇ ਸਿਨੇਮੇ ਚ ਬਹੁਤ ਬਚਾਅ ਹੋ ਗਿਆ ਹੈ ਮੇਰੀ ਅਰਜ ਇਹਨਾਂ ਨੇ ਮੰਨ ਲਈ ਹੈ ਮੈਂ ਸਾਰਿਆਂ ਸੱਜਣਾਂ ਅੱਗੇ ਅਰਜ ਕਰਦਾ ਜਿਹੜਾ ਇਸ ਗੱਲ ਵੱਲ ਜੇ ਧਿਆਨ ਦਿਓ ਕਿਉਂਕਿ ਮਨ ਦਾ ਕੰਮ ਹੈ ਜਿੱਧਰ ਨੂੰ ਨੀਵਾਂ ਤਾਂ ਹੋਵੇ ਪਾਣੀ ਡੁੱਬ ਕੇ ਚਲਾ ਜਾਂਦਾ ਮਨ ਦਾ ਕੰਮ ਹੈ ਕਲਯੁੱਗ ਦਾ ਸਮਾਂ ਹੈ
मन विशेष वकारा नूं बुरिया कमां नूं दौड़दा है, पर जरा ध्यान दिओ मेरे ते भी तुसां कृपा कीती है, मैनूं तां अजे तक नहीं दर्शन होया उहदा विद्यार्थी जै सिनेमा, पर जिहड़े जांदे ने उहनां कोल जो सुणिया उथों दी हालात भावें उह किसे भगत दी वी खेड बनाउण, पर औरतां दीआं तस्वीरां फिर भी लिआउंदे ने। ਤੁਸੀਂ ਜਾਣਦੇ ਹੋ ਕੋਈ ਸੱਜਣ ਆਪਣੀਆਂ ਔਰਤਾਂ ਆਪਣੀਆਂ ਬੇਟੀਆਂ ਆਪਣੀਆਂ ਭੈਣਾਂ ਨਾਲ ਲੈ ਜਾਂਦੇ ਹਨ, ਕਿਆ ਇਹ ਮਨੁੱਖ ਬਣੇ ਦਾ ਇਤਲਾਕ ਹੈ ਤੁਹਾਡਾ? ਕਿਉਂ ਡਰਨਾ, ਮੇਰੇ ਤੇ ਨਾਰਾਜ਼ ਨਾ ਹੋਣਾ, ਮੈਂ ਆਪਣਾ ਨਾਲ ਤੁਹਾਨੂੰ ਇਹ ਗੱਲ ਕਹਿ ਰਿਹਾ। ਮਨੁੱਖ ਦੇ ਨਾਤੇ ਨਾਲ ਤੁਹਾਡੇ ਨਾਲ ਸਾਹ ਇਹ ਤੇ ਸਾਰਿਆਂ ਨਾਲ ਹੈ, ਪਰ ਹਿੰਦੁਸਤਾਨੀ ਹੋਣ ਨਾਲ ਉਦੂ ਬਹੁਤਾ, ਫਿਰ ਸਿੱਖ ਹੋਣ ਨਾਲ ਉਦੋਂ ਵੀ ਨੇੜੇ, ਹਿੰਦੂ ਹੋਣ ਨਾਲ ਨੇੜੇ, ਸਿੱਖ ਹੋਣ ਨਾਲ ਨੇੜੇ, ਕਿਉਂਕਿ ਹਿੰਦੂ ਤੇ ਸਿੱਖ ਅੰਗਰੇਜ਼ ਦੀ ਕਿਰਪਾ ਹੈ ਜਿਹੜੀ ਅਜੇ ਵੀ ਫੁੱਟ ਸਾਡੇ ਹਿੰਦੁਸਤਾਨ ਚ ਪਈ ਹੋਈ ਹੈ, ਜਿਹੜੇ ਅਜੇ ਵੀ ਹਿੰਦੂ ਤੇ ਸਿੱਖ ਆਪਸ ਵਿੱਚ ਲੜਦੇ ਨੇ। ਮੈਂ ਬਹੁਤ ਚਿਰ ਤੋਂ ਇਹ ਅਰਜ਼ ਕਰ ਰਿਹਾ ਕਿ ਹਿੰਦੂਆਂ ਸਿੱਖਾਂ ਨੂੰ ਦੋ ਜਗ੍ਹਾ ਨਹੀਂ ਹੋਣਾ ਚਾਹੀਦਾ, ਨਹੀਂ ਇਹ ਮਾਰੇ ਜਾਣਗੇ। ਕਾਨਫਰੰਸਾਂ ਬੁਲਾਈਆਂ, ਸਭ ਕੁਛ ਕੀਤਾ, ਅਜੇ ਵੀ ਉਹ ਅੰਗਰੇਜ਼ ਜਿਹੜੀ ਵੀ ਉਹ ਸਿੱਟ ਗਿਆ ਨਾ, ਅਜੇ ਵੀ ਹੈ ਭਾਈ। ਇਸ ਤਰ੍ਹਾਂ ਨਾਲ ਇਸ ਤਰ੍ਹਾਂ ਹੀ ਦੋ ਹੱਥਾਂ ਨਾਲ ਸਾਰੀ ਵੱਜਦੀ ਹੈ। ਕਿਸੇ ਵੇਲੇ ਮੈਂ ਗਲਤੀ ਕਰਾਂ, ਤੁਸੀਂ ਮੈਨੂੰ ਆਖੋ ਕਿਉਂ ਬਈ ਤੂੰ ਸਾਨੂੰ ਇਹ ਗੱਲ ਕਹਿੰਦਾ ਸੀ, ਤੂੰ ਆ ਕਿਉਂ ਕਰਦਾ? ਕਿਸੇ ਵੇਲੇ ਮੈਂ ਤੁਹਾਨੂੰ ਆਖਾਂ, ਇਉਂ ਨਾ ਬੁਰਾ ਕਹਿ ਕੇ ਨਾ, ਕਿਸੇ ਨੂੰ ਗਾਲ ਕੱਢ ਕੇ ਨਾ, ਕਿਸੇ ਤੇ ਨਫ਼ਰਤ ਕਰਕੇ ਨਾ, ਪਿਆਰ ਨਾਲ ਕਿ ਇਹ ਪੈਸੇ ਤੁਹਾਡੇ ਜਿਹੜੇ ਅੱਜ ਇਹ ਪੈਸੇ ਹਨ ਜਿਹੜੇ ਤੁਸੀਂ ਜਾ ਕੇ ਸਿਨੇਮੇ ਚ ਲਾਉਂਦੇ ਹੋ, ਤੁਸੀਂ ਅਗਰ ਇੰਨੇ ਪੈਸੇ ਹੀ ਮਿਹਰਬਾਨੀ ਕਰਕੇ ਇਕੱਠੇ ਕਰਕੇ ਮੇਰੇ ਹੱਥੀ ਨਹੀਂ, ਕਿਸੇ ਆਪਣੇ ਸੱਜਣ ਦੇ ਹੱਥੀ, ਜਿਹੜੇ ਹਿੰਦੁਸਤਾਨ ਵਿੱਚ ਤੁਹਾਡੇ ਭਰਾ ਉਧਰੋਂ ਆਏ ਹੋਏ, ਜਿਹੜੇ ਐਤਕਾ ਪੰਜਾਬ ਵਿੱਚ ਮਾਰੇ ਗਏ, ਕਾਲ ਪੈ ਗਿਆ, ਜਿਹੜੇ ਸਾਡੇ ਸੋਹਰੇ ਨੇ ਜਿਹੜੀਆਂ ਇਲਾਕੇ ਸੀ ਹੜਾ ਲੈ ਤਬਾਹ ਕਰ ਦਿੱਤੇ, ਲੋਕਾਂ ਦੇ ਘਰ ਖਾਣ ਨੂੰ ਨਹੀਂ, ਕੁੱਤੇ ਲੈਣ ਨੂੰ ਲੀੜਾ ਨਹੀਂ, ਡੰਗਰਾਂ ਨੂੰ ਪੱਠਾ ਨਹੀਂ ਮਿਲਦਾ, ਤੁਸੀਂ ਅਗਰ ਇੰਨਾ ਰਹਿਮ ਉਹਨਾਂ ਲੋਕਾਂ ਤੇ ਕਰੋ ਤੇ ਖਬਰ ਹੈ ਸਰਗੁਰ ਤੁਹਾਡੀ ਕਿੰਨੀ ਹੋਰ ਸੁਣੇ। ਘੱਟ ਤੋਂ ਘੱਟ ਇੰਨਾ ਕੰਮ ਕਰੋ ਵੀ ਅਸੀਂ ਸਾਲ ਵਿੱਚ ਇੰਨਾ ਸਿਨੇਮਾ ਦੇਖਦੇ ਹਾਂ, ਉਹਦਾ ਕੋਈ ਹਿੱਸਾ ਹੀ ਉਹਦਾ ਕਹਿਣਾ ਛੱਡੋ, ਇਹ ਦੱਸੋ ਵੀ ਜੇ ਅਕਾਲ ਪੁਰਖ ਦਾ ਸਿਨੇਮਾ ਸਤਿਗੁਰੂ ਦਾ ਤੁਸੀਂ ਦੇਖੋਗੇ, ਉਹਨਾਂ ਗਰੀਬਾਂ ਵੱਲ ਤੁਸੀਂ ਧਿਆਨ ਦਿਓਗੇ? ਕੋਈ ਸੱਜਣ ਕਾਇਮ ਕਰੋ ਜਿਹੜੇ ਇੱਕੋ ਇੱਕ ਦੋ ਜਾਣ, ਕਿਸੇ ਵੇਲੇ ਜਾਣ ਜਿਹੜੇ ਉੱਥੇ ਤੁਹਾਡੇ ਸਾਥੀ ਰਹਿੰਦੇ ਨੇ, ਕੋਈ ਖਿਆਲ ਨਾ ਕਰੋ ਵੀ ਇਹ ਸਿੱਖ ਹੈ, ਹਿੰਦੂ ਹੈ, ਮੇਲਾ ਲੱਗਦਾ ਹੈ, ਕਿਹਦਾ ਲੱਗਦਾ ਹੈ। ਜਿੱਥੇ ਜਾ ਕੇ ਵੀ ਤੁਸੀਂ ਕਿਸੇ ਨਿੱਜੀ ਦੀ ਜੇ ਇੱਕ ਗਰੀਬ ਨੂੰ ਤੁਸੀਂ ਬੱਕਰੀ ਲੈ ਦਿਓਗੇ 20-25 ਰੁਪਈਏ ਨੂੰ, ਉਹਦੇ ਬੱਚੇ ਤੁਹਾਨੂੰ ਖਬਰਾਂ ਕਿੰਨੀਆਂ ਅਸੀਸਾਂ ਦੇ। ਇਸ ਵੇਲੇ ਬੜਾ ਬੁਰਾ ਹਾਲ ਹੈ, ਹੁਣ ਮੁਨਸ਼ੀ ਜੀ ਵਰਗੇ ਸਾਡੇ ਵਜ਼ੀਰ ਲੱਗੇ ਹੋਏ ਨੇ ਖੁਰਾਕ ਦੇ, ਉਹ ਵਿਚਾਰਾ ਪਾਈ ਇੱਕ ਦਾ ਆਦਮੀ ਹੈ, ਉਹਨੇ ਆਖਿਆ ਚੌਥਾ ਇਸ ਤਾਂ ਹੋਰ ਖੁਰਾਕ ਘਟਾ ਦਿਓ, ਦੱਸੋ ਜਿਹੜੇ ਮੇਰੇ ਨਾਲ ਉਹਦੇ ਵੱਡੇ ਵੱਡੇ ਆਦਮੀ ਨੂੰ ਭੁੱਖੇ ਰਹਿ ਕੇ ਕਈ ਕਿਸ ਤਰ੍ਹਾਂ ਸਾਰਾ ਦਿਨ ਵਾਹ ਸਕਦੇ? ਇੱਕ ਆਦਮੀ ਵਿਧਾਨ ਨਾਲ ਕੰਮ ਕਰਦਾ ਸਾਰਾ ਦਿਨ, ਉਹ ਕਿਵੇਂ ਕਰ ਸਕਦਾ? ਇੱਕ ਬੈਠਣ ਵਾਲਾ ਦੇ ਮੰਨ ਲਓ ਵੀ ਅੰਦਰ ਬੈਠਾ, ਉਹਦੇ ਤੇ ਕੁਰਸੀ ਤੇ ਬੈਠਾ, ਕੁਝ ਨਹੀਂ ਕਰਨਾ? ਸਾਨੂੰ ਆਪਣੀ ਮਨੁੱਖਤਾ ਹੀ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਇੱਥੇ ਇਹ ਗੱਲ ਵੀ ਹੈ ਸਾਡੀ, ਐਸੇ ਸਮੇਂ ਫੂਕਾ ਹੈ, ਸਭ ਕੁਛ ਰਹੋ, ਔਰ ਆਪਣੇ ਪਤੀ ਨੂੰ ਪਤੀ ਜਾਣਦੀ ਹੋਈ ਹਰ ਇੱਕ ਦੀ ਸੇਵਾ ਚਾਚਾ ਬਾਬਾ ਦਿਓਰ ਜੇਠ ਭਰਾ ਪੁੱਤਰ ਜਾਣ ਕੇ ਕਰ ਸਕਦੀ ਹੈ। ਬੇਸ਼ੱਕ ਆਪਣੇ ਪਤੀ ਨੂੰ ਪਤੀ ਮੰਨੇ, ਇਹ ਮੈਂ ਕਦੇ ਨੀ ਕਿਸੇ ਨੂੰ ਕਹਿਣ ਨੂੰ ਤਿਆਰ ਕੇ ਆਪਣਾ ਇਮਾਨ ਕੋਈ ਵੇਚੇ, ਜਿੱਥੇ ਕਿਸੇ ਦਾ ਹੈ ਆਪਣਾ ਉੱਥੇ ਰੱਖੋ। ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਬੇਸ਼ੱਕ ਦੂਜੀ ਲਵੇ, ਲੇਕਿਨ ਮੱਲੋ ਮੱਲੀ ਨਹੀਂ, ਕਿਸੇ ਨਾਲ ਕੋਈ ਗੱਲ ਨਹੀਂ, ਲੇਕਿਨ ਮਨੁੱਖਤਾ ਦੇ ਨਾਤੇ ਨਾਲ ਤੁਹਾਡਾ ਇਹ ਹੱਕ ਹੈ। ਜੇ ਗੁਰੂ ਨੇ ਤੁਹਾਨੂੰ ਕਿਰਪਾ ਕੀਤੀ ਹੈ, ਉਹ ਵੀ ਦਿਨ ਤੁਹਾਨੂੰ ਯਾਦ ਹਨ ਜਿਹੜੇ ਇੱਥੇ ਉਦੋਂ ਰਹਿਣ, ਜਦੋਂ ਇੱਥੇ ਬੰਬ ਪੈਂਦੇ ਸੀ ਉਸ ਵੇਲੇ ਸਤਿਗੁਰੂ ਨੂੰ ਯਾਦ ਕਰਦੇ ਸੀ, ਉਹਨੇ ਫਿਰ ਤੁਹਾਨੂੰ ਰੱਖ ਲਿਆ, ਫਿਰ ਤੁਸੀਂ ਹੁਣ ਇਸ ਵੇਲੇ ਉਹਨੇ ਕਿਰਪਾ ਕਰ ਦਿੱਤੀ ਹੈ, ਬਿਰਧ ਕੱਪੜੇ ਦੇ ਦਿੱਤੇ ਹਨ। ਸਭ ਤੋਂ ਵੱਡੀ ਲੋੜ ਇਸ ਵੇਲੇ ਇਸ ਗੱਲ ਦੀ ਨਹੀਂ ਕਿ ਬਈ ਸ਼ੇਖ ਨਰਾਇਣ ਤੋਂ ਕੋਲ ਤਾਂ 2 ਕਰੋੜ ਰੁਪਈਆ ਤੇ ਮੇਰੇ ਕੋਲ 50 ਲੱਖ ਹੈ ਤੇ ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ, ਦਿਆਲਸਰਾ ਕੋਲ 1 ਲੱਖ ਹੈ ਤੇ ਮੇਰੇ ਕੋਲ 50,000 ਹੈ, ਇਹ ਬੜਾ ਦੁੱਖ ਹੈ। ਇਹ ਨਾ ਦੁੱਖ ਦੇਖੋ, ਦੁੱਖ ਇਹ ਦੇਖੋ ਕਿ ਇਸ ਕੋਲ ਕਰਤਾਰ ਸਿੰਘ ਕੋਲ 500 ਰੁਪਈਆ ਤੇ ਮੇਰੇ ਕੋਲ 10,000 ਹੈ, ਮੈਂ ਇਹਨੂੰ ਵੀ 2,000 ਵਾਲਾ ਹੋਰ ਬਣਾ ਲਵਾਂ। ਜੇ ਦੁੱਖ ਕਰਦੇ ਹੋ ਤਾਂ ਹੇਠੋਂ ਤਾਂ ਚੁੱਕਣ ਦਾ ਕਰੋ, ਉਤਲੀ ਤਕਲੀਫ ਨਾ ਕਰੋ। ਜਿਸ ਨਾਲ ਦੇਖੋ ਪਾਰਸੀਆਂ ਦੀ ਕੌਮ ਹੈ, ਉਹਨਾਂ ਚ ਕੋਈ ਗਰੀਬ ਨਹੀਂ ਲੱਭਦਾ, ਉਹ ਸਾਰੇ ਜਣੇ ਰਲ ਕੇ ਜਿਹੜਾ ਜਿਹੜਾ ਮਾੜਾ ਹੁੰਦਾ ਉਹਦੀ ਮਦਦ ਕਰ ਦਿੰਦੇ ਨੇ। ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ, ਗੁਰੂ ਨਾਨਕ ਦੇ ਕਹਾਉਂਦੇ ਹੋ, ਤੇਰੇ ਭਾਣੇ ਸਰਬੱਤ ਕਾ ਭਲਾ, ਫਿਰ ਨਾਮਧਾਰੀ ਗੁਰੂ ਰਾਮ ਸਿੰਘ ਦੇ ਗੱਲ ਫਰਕ ਕੋਈ ਨਹੀਂ,
ਕੋਈ ਕਿੱਥੋਂ ਤੱਕ ਕਿਸੇ ਦੀ ਮਰਜ਼ੀ ਹੈ, ਕੋਈ ਮੰਨੇ ਸਾਨੂੰ ਇਸ ਗੱਲ ਨਾਲ ਕਿਸੇ ਨਾਲ ਜਿੱਦ ਨਹੀਂ, ਜਿੱਥੇ ਮੰਨਦੇ ਹੋ ਉੱਥੇ ਮੰਨੋ, ਪਰ ਜਿਹੜਾ ਮੰਨਦੇ ਹੋ ਸਿਧਾਂਤ ਤੇ ਸਾਰਿਆਂ ਦਾ ਇੱਕੋ ਹੈ। ਦੱਸੋ ਹੁਣ ਜੇ ਨਾਮਧਾਰੀ ਸਿੱਖ ਹੈ ਉਹ ਕਿਸੇ ਪਿੰਡ ਵਿੱਚ ਚਲੇ ਜਾਂਦੇ ਹਨ, ਉੱਥੇ ਧਰਮਸ਼ਾਲਾ ਵਿੱਚ ਅਕਾਲੀ ਸਿੰਘ ਹੈ, ਉਹ ਕਹਿੰਦਾ ਵੀ ਤੂੰ ਇੱਥੇ ਨਹੀਂ ਰਹਿ ਸਕਦਾ। ਜੇ ਕਿਸੇ ਕੂਕਾ ਸਿੰਘ ਰਹਿੰਦਾ ਹੈ ਉਹ ਕਹਿੰਦਾ ਅਕਾਲੀ ਆ ਗਿਆ ਤੂੰ ਇੱਥੇ ਨਹੀਂ ਰਹਿ ਸਕਦਾ। ਦੱਸੋ ਹੁਣ ਉਹਨਾਂ ਨੇ ਮਸੀਤ ਤੇ ਸਿੱਖਾਂ ਨੇ ਜਾ ਨਹੀਂ ਵੜਨਾ, ਅਕਸਰ ਉਹਨਾਂ ਦਾ ਗੁਜ਼ਾਰਾ ਗੁਰਦੁਆਰੇ ਧਰਮਸ਼ਾਲਾ 'ਚ ਹੀ ਹੋਣਾ। ਇੰਨੀਆਂ ਇੰਨੀਆਂ ਗੱਲਾਂ ਤੋਂ ਅਸੀਂ ਥੋੜੀ ਥੋੜੀ ਚੀਜ਼ ਤੋਂ ਲੜ ਲੜ ਕੇ ਰਤਾ ਰਤਾ ਜਿੰਨੀ ਗੱਲ ਤੋਂ ਸਾਨੂੰ ਇਸੇ ਗੱਲ ਤੇ ਖੁਸ਼ੀ ਹੈ। ਜੇ ਤੇ ਮੈਂ ਕਰਾਂ ਨਾ ਨਿੰਦਿਆ ਵੀ ਫਲਾਣਾ ਸਰਦਾਰ ਸਿੰਘ ਜੀ ਪ੍ਰਧਾਨ ਇਹੋ ਜਿਹਾ, ਉਹ ਇਉਂ ਕਰਦੇ ਨੂੰ ਇਉਂ ਕਰਦੇ, ਤੇ ਮੇਰੇ ਨਾਲ ਵੀ ਆਦਮੀ ਕਰਨ ਆ ਕੇ ਸੁਣਨਗੇ, ਤੇ ਜੇ ਮੈਂ ਸਿਫਤ ਕਰਾਂ ਵੀ ਉਹ ਬੜੇ ਚੰਗੇ ਹੁੰਦੇ, ਕੋਈ ਨੀ ਗੋਲ ਖੜਾਉਂਦਾ, ਕੋਈ ਵੀ ਕਿਸੇ ਦੀ ਕਰੇ, ਕੋਈ ਵੀ ਕਿਸੇ ਆਦਮੀ ਦੀ ਗੱਲ ਕਰੇ, ਚਲੋ ਅਸੀਂ ਕਿਸੇ ਦੀ ਸਿਫਤ ਕਰਾਂਗੇ, ਕੋਈ ਸੁਣਨ ਨੂੰ ਤਿਆਰ ਨਹੀਂ। ਜੇ ਨਿੰਦਿਆ ਕਰੋ ਕਿਸੇ ਦੇ ਬਰਖਲਾਫ਼ ਬੋਲੋ ਫਿਰ ਹੈ ਕੀ ਗੱਲ ਹੈ, ਉਹਦੇ ਚ ਬੜੇ ਰਾਜੀ ਹੁੰਦੇ ਆ। ਧਿਆਨ ਦਿਆ ਕਰੋ ਇਸ ਗੱਲ ਵੱਲ, ਸਾਡਾ ਵਕਤ ਸਾਡਾ ਸਮਾਂ ਔਰ ਖਾਸ ਕਰਕੇ ਹਿੰਦੁਸਤਾਨ ਮੁਲਕ ਅੱਜ ਬੜੇ ਔਕੜ ਵਿੱਚੋਂ ਲੰਘ ਰਿਹਾ। ਬਦਲ ਜੰਗ ਦੇ ਚੱਕਰ ਲਾ ਰਹੇ, ਇਹ ਪਤਾ ਨਹੀਂ ਕਿਸ ਨੇ ਕੀ ਬਣ ਜਾ, ਕਿਉਂਕਿ ਇੱਕ ਤਾਂ ਇਹ ਚੀਜ਼ ਆ ਰਹੀ ਹੈ ਨਾਸਤਿਕਤਾ ਕਿ ਕੋਈ ਗੁਰੂ ਨੀ, ਕੋਈ ਪੀਰ ਨੀ, ਕੋਈ ਰੱਬ ਨੀ, ਕੋਈ ਰਹੀਮ ਨੀ। ਤੁਹਾਡੀ ਇਹ ਡਿਊਟੀ ਹੈ ਜਿਹੜੇ ਤੁਸੀਂ ਆਸਤਕ ਲੋਕ ਹੋ, ਜਿਹੜੇ ਅਕਾਲ ਪੁਰਖ ਨੂੰ ਗੁਰੂ ਨੂੰ ਮੰਨਣ ਵਾਲੇ ਹੋ, ਤੁਹਾਡਾ ਇਹ ਫਰਜ਼ ਹੈ ਕਿ ਤੁਸੀਂ ਇਹਦੀ ਮਦਦ ਕਰੋ। ਚਾਹੇ ਕੋਈ ਕਿਸੇ ਤਰ੍ਹਾਂ ਮੰਨਦਾ ਹੈ, ਇਸ ਗੱਲ ਨਾਲ ਗਰਜ ਨਹੀਂ, ਦਸਾਂ ਵਾਲਾ, ਬਾਰਾਂ ਵਾਲਾ, ਇੱਕ ਵਾਲਾ, ਭਾਵੇਂ ਜਿੱਥੇ ਵੀ ਕੋਈ ਹੈ ਉੱਥੇ ਰਵੇ, ਪਰ ਆਸਤਕ ਤਾਂ ਹਮ ਰੱਬ ਨੂੰ ਤਾਂ ਸਾਰੇ ਮੰਨਦੇ ਹਨ। ਇਸ ਗੱਲ ਵੱਲ ਧਿਆਨ ਦਿਓ ਔਰ ਤੁਸੀਂ ਤਾਂ ਹੀ ਇਹ ਕੁਛ ਕਰ ਸਕੋਗੇ ਜੇ ਆਪਣੀ ਆਤਮਾ ਉੱਚੀਆਂ ਕਰੋਗੇ, ਆਤਮਾ ਤਾਂ ਹੀ ਉੱਚੀਆਂ ਹੋਣਗੀਆਂ। ਗੁਰੂ ਸਾਹਿਬ ਦੀ ਬਾਣੀ ਰੋਜ਼ ਜਪ ਸਾਹਿਬ ਪੜ੍ਹਦੇ ਹੋ, ਭਰੀਏ ਮਤ ਪਾਪਾ ਜੇ ਸੰਗ ਉਹ ਧੋਪਾ ਨਾਵਾ ਚਿਹਰਾ, ਨਾਮ ਜਪਿਆ ਕਰੋ। ਮੈਂ ਇੱਥੇ ਹੁਣ ਸਮਾਪਤ ਕਰਦਾ। ਚੱਕਰਵਰਤੀ ਜੀ ਜੇ ਕਿਰਪਾ ਕਰਨਗੇ ਥੋੜੀ ਬਹੁਤੀ ਜੋ ਸੁਣਾਉਣ, ਉਹਨਾਂ ਦੀ ਰਿਜਾਵ ਤੇ ਖੇਡ ਹੈ, ਮਗਰੋਂ ਫਿਰ ਨਿਤਨੇਮ ਕਰਕੇ ਅੱਜ ਥੋੜਾ ਬਹੁਤਾ ਇਹ ਜਿਹੜੇ ਇੱਥੋਂ ਦੇ ਲੜਕੇ ਹਨ ਤੁਹਾਡੀ ਰਿਜਾ ਸੰਗੀਤ, ਭਾਵੇਂ ਇਹਨਾਂ ਨੂੰ ਆਉਂਦਾ ਨਹੀਂ ਆਉਂਦਾ, ਪਰ ਮੈਂ ਇੱਥੇ ਵੀ ਦੋ ਚਾਰ ਮਿੰਟ ਹੋਰ ਅਰਜ਼ ਕਰ ਲਵਾਂ। ਸਾਡੇ ਸਤਿਗੁਰੂ ਕਲਯੁਗ ਨਾਨਕ ਤਾਰਿਆ, ਕਲਯੁਗ ਬਾਬੇ ਤਾਰਿਆ, ਬਾਬੇ ਨੇ ਕਲਯੁਗ ਨੂੰ ਤਾਰਿਆ, ਪਰ ਕੀ ਕੀਤਾ, ਲਿਖਿਆ ਕੀ, ਸ੍ਰੀ ਰਾਗ ਮਹੱਲਾ ਪਹਿਲਾ, ਮੋਤੀ ਦਾ ਮੰਦਰ ਉਸਰਾ, ਪਹਿਲਾ ਸ੍ਰੀ ਰਾਗ ਸਾਹਿਬ ਰਾਗ ਲੈ ਕੇ ਆਏ। ਰਾਗ ਸ਼ਬਦ ਦਾ ਅਰਥ, ਰਾਗ ਸ਼ਬਦ ਕੋਈ ਨੀ ਕੋਈ ਨੀ ਕੋਈ ਨੀ, ਰਾਗ ਸ਼ਬਦ ਦਾ ਅਰਥ ਹੈ ਪਿਆਰ। ਰਾਗ ਨਾਲ ਹੀ ਪ੍ਰੀਤੀ ਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਰਾਗ ਦੁਆਇਸ਼ ਨਹੀਂ ਕਰਨੀ, ਪਿਆਰ ਨਹੀਂ ਕਰਨਾ, ਕਿਸੇ ਨਾਲ ਦੁਸ਼ਮਣੀ ਨਹੀਂ ਕਰਨੀ, ਰਾਗ ਨਾ ਹੋਏ ਪਿਆਰ ਦਾ। ਸਤਿਗੁਰੂ ਜੀ ਕਹਿੰਦੇ ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ, ਰਾਗਾ ਨਾਦਾ ਹੈ ਬਾਹਰ ਆਏ ਨਹੀਂ, ਹੁਕਮ ਦਾ ਪੂਜਿਆ ਜਾਏ। ਸ਼ਬਦ ਤੋਂ ਬਗੈਰ, ਰਾਗ ਤੋਂ ਬਗੈਰ ਹੁਕਮ ਦੀ ਪਤਾ ਨਹੀਂ ਲੱਗਦਾ, ਕਿਉਂਕਿ ਰਾਗ ਵਿੱਚ ਇੱਕ ਖਿੱਚ ਹੈ ਜਿਸ ਦੇ ਨਾਲ ਜਦੋਂ ਗੁਰੂ ਬਾਬਾ ਗਾਉਂਦਾ ਸੀ ਨਾ ਬੈਠ ਕੇ ਬਾਹਰ ਜੰਗਲਾਂ ਚ, ਜਾਨਵਰ ਕਿਉਂ ਕੋਲ ਆ ਬੈਠਦੇ ਸੀ, ਰਾਗ ਹੈ ਤੇ ਉਹਦੀ ਕਿਰਪਾ, ਪਰ ਗੁਰੂ ਨਾਨਕ ਦੇ ਮੂੰਹੋਂ ਰਾਗ, ਰਾਗ ਇੱਕ ਐਸੀ ਚੀਜ਼ ਹੈ ਜਿਹਦੇ ਤੇ ਸਭ ਮੇਲਦਾ ਹੈ। ਰਾਗ ਦੇ ਉੱਤੇ ਇਹ ਹੁਣ ਜਿਹੜੇ ਅੱਜ ਕੱਲ ਦੇ ਸਾਇੰਸਦਾਨ ਹਨ, ਸਾਇੰਸ ਵਾਲਿਆਂ ਨੇ ਇਹ ਗੱਲ ਮੰਨ ਲਈ ਹੈ ਕਿ ਗਊਆਂ ਚ ਬਾਂਸਰੀ ਕਿਉਂ ਕਿਸ਼ਨ ਮਹਾਰਾਜ ਵਜਾਉਂਦੇ ਸੀ, ਗਊਆਂ ਦੁੱਧ ਬਹੁਤਾ ਦਿੰਦੀਆਂ ਜੇ ਗਊਆਂ ਵਿੱਚ ਬਾਂਸਰੀ ਵਜਾਈਏ ਜਾਂ ਰਾਗ ਗਾਈਏ। ਹੁਣ ਵੀ ਜਿਸ ਕਿਸੇ ਦੀ ਮਰਜ਼ੀ ਹੋਵੇ ਉਹ ਜਮਾ ਕੇ ਦੇਖ ਸਕਦਾ ਹੈ, ਪਹਿਲਾਂ ਦੁੱਧ ਤੋਲ ਲਵੇ, ਫਿਰ ਉਹਨਾਂ ਵਿੱਚ ਜਾ ਕੇ ਰਾਗ ਉਹਨਾਂ ਦੇ ਵਿੱਚ ਜਾ ਕੇ ਬਾਜਾ ਕੋਈ ਵਜਾਵੇ ਜਾਂ ਬਾਂਸਰੀ ਵਜਾਵੇ ਗਾਉਣ ਚੋਣ ਤੋਂ ਪਹਿਲਾਂ, ਅਗਰ ਇਹ ਰੋਜ਼ ਕਰਦਾ ਰਹੇ ਦੁੱਧ ਵੱਧ ਜਾਂਦਾ ਹੈ। ਜਾਨਵਰਾਂ ਤੇ ਇਹਦਾ ਅਸਰ ਹੈ। ਸਤਿਗੁਰੂ ਨੇ ਇਸ ਰਾਗ ਨੂੰ ਗੰਦੇ ਚਿੱਕੜ ਵਿੱਚੋਂ ਕੱਢ ਕੇ ਲਿਆ ਕੇ ਸਾਨੂੰ ਦਿੱਤਾ, ਕਿਉਂਕਿ ਲੋਕ ਗਾਉਂਦੇ ਸਨ ਗੰਦੇ ਗੀਤ, ਔਰਤ ਮਰਦ ਦਾ ਗਾਉਣਾ। ਸਤਿਗੁਰੂ ਨੇ ਅਕਾਲ ਪੁਰਖ ਦਾ ਤੇ ਸਿੱਖ ਦਾ ਮੇਲ ਕਰਨ ਵਾਸਤੇ ਰਾਗ ਲਿਆਂਦਾ। ਉੱਥੇ ਵੀ ਉਹਨੇ ਕਿਹਾ ਮਨਮੋਤੀ ਜੇ ਗਹਿਣ ਹੋਵੇ ਪੌਣ ਹੋਵੇ ਤੂੰ ਧਾਰੀ, ਕਿਵਾਂ ਸ਼ਿੰਗਾਰ ਕਾਮਣ ਤਰ ਪਹਿਰੇ ਰਾਵੇ ਲਾਲ ਪਿਆਰੀ, ਲਾਲ ਬਹੁ ਗੁਣ ਕਾਮਣ ਬੋਲੀ ਤੇਰੇ ਗੁਣ ਹੋਏ ਨਾ ਆਵਰੀ, ਹਰ 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 ਕੰਠ ਲੈ ਪਹਿਰੇ ਦਾਮੋਦਰ ਦੰਦ ਲਈ,
ਮਗਰਲੀ ਤੋਂ ਕੁਛ ਕਹਿੰਦੇ ਗਿਆਨ ਲਾਓ ਜਦ ਸੇਚਾ ਆਵੇ ਤਾਂ ਨਾਨਕ ਭੋਗ ਕਰੇ ਸਤਿਗੁਰੂ ਸਿੱਖ ਦਾ ਅਕਾਲ ਪੁਰਖ ਦਾ ਤੇ ਸਿੱਖ ਦਾ ਭੋਗ ਮਲਾਪ ਸਤਿਗੁਰੂ ਨੇ ਕੀਤਾ ਫਰੀਦ ਕਹਿੰਦੇ ਅੱਜ ਨਾ ਸੁੱਤੀ ਕੰਥੇ ਅੰਗ ਮੁੜੇ ਮੁੜ ਜਾਏ ਪਰ ਫਰੀਦ ਜੀ ਨਾਨੀ ਨਹੀਂ ਸੀ ਲੇਕਿਨ ਇਹ ਰਸਤਾ ਹੀ ਹੋਰ ਹੈ ਜਿਹੜੇ ਪੁਰਸ਼ ਜਿਨ੍ਹਾਂ ਨੂੰ ਇੱਧਰ ਲੱਗੀ ਜਿਨ੍ਹਾਂ ਦੀ ਮਿਲੀ ਜਿਹੜੇ ਅਕਾਲ ਪੁਰਖ ਨਾਲ ਜੁੜੇ ਉਹ ਉਹਨਾਂ ਦੀ ਜਿਹੜੀ ਰਾਤ ਹੈ ਉਹਨਾਂ ਦੀ ਰਾਤ ਦਾ ਉਹਨਾਂ ਨੂੰ ਪਤਾ ਹੈ ਫਿਰ ਜਿਸ ਦਿਨ ਕਿਸੇ ਦਿਨ ਨਹੀਂ ਦੀਦਾਰ ਹੁੰਦਾ ਫਿਰ ਉਹ ਕਹਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਚਾਰ ਪੈਰ ਚੌਂ ਚੁਕਣੇ ਸਮਾਨੇ ਰਹਿਣ ਭਾਈ ਤਾਂ ਬਾਂਸ ਨਾ ਜਾਂਦੇ ਇਸ ਗੱਲ ਨੂੰ ਉਹ ਜਾਣਦੇ ਹਨ ਸਤਿਗੁਰੂ ਨੇ ਸਾਨੂੰ ਰਾਗ ਅੰਮ੍ਰਿਤ ਦਿੱਤਾ ਹੈ ਲਿਆ ਕੇ ਹਰ ਉਤਮ ਹਰ ਪ੍ਰਭ ਗਾਵਿਆ ਕਰਨ ਆਦਮੇ ਦਾ ਆਵਰ ਰਾਗ ਗੌੜੀ ਰਾਗ ਸੁਲੱਖਣੀ ਜੇ ਖਸਮ ਚਿੱਤ ਕਰੇ ਜੇ ਤੁਸੀਂ ਸਕੂਲਾਂ ਵਾਸਤੇ ਲੱਖਾਂ ਰੁਪਈਏ ਕਿੱਥੇ ਕਰਦੇ ਹੋ ਉੱਚ ਵਿਦਿਆ ਪ੍ਰਾਪਤ ਕਰਨ ਵਾਸਤੇ ਕਰਦੇ ਹੋ ਸਾਡੇ ਲੜਕੇ ਵੱਡੇ ਹੋ ਜਾਣ ਲਾਇਕ ਹੋ ਜਾਣ ਪੜ੍ਹ ਜਾਣ ਉਹ ਕਮਾਉਣ ਜੋਗੇ ਹੋ ਜਾਣ ਪਰ ਇੱਕ ਚੀਜ਼ ਦੀ ਨਾਲ ਲੋੜ ਹੈ ਬੁੱਲੇ ਸ਼ਾਹ ਬਲਖ ਦੇ ਇੱਕ ਰਾਜੇ ਦਾ ਲੜਕਾ ਸੀ ਉੱਥੇ ਚੱਲਿਆ ਪਤਾ ਲੱਗਾ ਸਾਈ ਮੀਆਂ ਮੀਰ ਲਾਹੌਰ ਦੇ ਪਾਸ ਰਹਿੰਦੇ ਹਨ ਦਰਸ਼ਨ ਵਾਸਤੇ ਆਇਆ ਸੌ ਸਵਾਰ ਨਾਲ ਹੈ ਜਿਸ ਵੇਲੇ ਆਇਆ ਆ ਕੇ ਮਿਲਿਆ ਅੰਦਰ ਹਰਜ ਹੋਈ ਕਿ ਸਾਈ ਜੀ ਬਲਖ ਦਾ ਸਜਾਦਾ ਇੱਕ ਮਿਲਣ ਵਾਸਤੇ ਆ ਰਿਹਾ ਕਹਿਣ ਲੱਗੇ ਕਿਸ ਦੇਸ ਵਿੱਚ ਆਇਆ ਕਿ ਜੀ ਬਾਦਸ਼ਾਹੀ ਥਾਂ ਤਾਂ ਉਹਨੂੰ ਕਹੋ ਜਾਓ ਦਰਸ਼ਨ ਨਹੀਂ ਹੁੰਦਾ ਬਾਹਰ ਗਿਆ ਪਰ ਜਿਹਨੂੰ ਦਰਸ਼ਨ ਦੀ ਖਾਸ ਸੀ ਫਰੀਦ ਨੂੰ ਸੀ ਨਾ ਦਰਸ਼ਨ ਦੀ ਲੋੜ ਉਹਨਾਂ ਆਖਿਆ ਅੱਗ ਚਾਹੀਦੀ ਆ ਉਹਨਾਂ ਆਖਿਆ ਆਣਾ ਦੇ ਉਹਨਾਂ ਆਖਿਆ ਪੈਸੇ ਤਾਂ ਕੋਲ ਨੀ ਉਹਨਾਂ ਆਖਿਆ ਅੱਖ ਦਾ ਆਣਾ ਛੁਰੀ ਫੜ ਕੇ ਅੱਖ ਕੱਢ ਕੇ ਧਰ ਦਿੱਤੀ ਹੱਥ ਖਾਸ ਵਾਲਿਆਂ ਦੀਆਂ ਗੱਲਾਂ ਹਨ ਹੁਣ ਜਾ ਕੇ ਵਜ਼ੀਰ ਨੂੰ ਕਿਹਾ ਵੀ ਲੈ ਬਈ ਆ ਸੌ ਘੋੜਾ ਵੀ ਲੈ ਜਾ ਆ ਮੇਰੀ ਪੁਸ਼ਾਕ ਵੀ ਲੈ ਲੈ ਇਹ ਸਾਰੇ ਲੈ ਜਾ ਉਹਨਾਂ ਆਖਿਆ ਮੈਂ ਤੇਰੇ ਲਈ ਜਾਂਦਾ ਉਹਨਾਂ ਆਖਿਆ ਕਹਿੰਦਾ ਮੈਂ ਇੱਕ ਆਦਮੀ ਨੂੰ ਜਿਹੜੇ ਘੋੜਿਆਂ ਦੇ ਸਵਾਲ ਮੈਂ ਇਹਨਾਂ ਨੂੰ ਘੋੜੇ ਦੇ ਦਿੰਦਾ ਤੇਰੀ ਮਰਜ਼ੀ ਤੂੰ ਨਾਲ ਜਾ ਮੋੜ ਕੇ ਇੱਕ ਚਾਦਰ ਲੱਠੇ ਦੀ ਲੈ ਕੇ ਫਿਰ ਕੱਲਾ ਆਇਆ ਸਾਈ ਮੀਆਂ ਮੀਰ ਫਿਰ ਅਰਜ ਹੋਈ ਉਹਨਾਂ ਆਖਿਆ ਜਾ ਫਲਾਣੇ ਤਾਂ ਦਰਿਆ ਦੇ ਕੰਢੇ ਤੇ ਬੈਠਾ ਫਕੀਰ ਤੇਰੀ ਉਹਦੇ ਕੋਲੋਂ ਨਜਾਤ ਹੋਣੀ ਉੱਥੇ ਗਏ ਉਹਨਾਂ ਆਖਿਆ ਤੂੰ ਬਲਖ ਦਾ ਸਜਾਦਾ ਹੈ ਅਜੇ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੇਰਾ ਗੁਰੂ ਨਹੀਂ ਕਦੇ ਝੂਠ ਬੋਲਿਆ ਸਾਡੇ ਲੋਕਾਂ ਦੇ ਚਿੱਤ ਚ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਗੁਰੂ ਰਾਮ ਸਿੰਘ ਤੇ ਸਰਦਾ ਨਹੀਂ ਅਸੀਂ ਹੁਣ ਤੱਕ ਮਖੌਲਾ ਜੀ ਲਗਾਇਆ ਮੁਕਿਆਂ ਦੇ ਵੀ ਦਿਲ ਹਿੱਲ ਗਏ ਜਿਹੜਾ ਸਤਿਗੁਰਾਂ ਕਿਹਾ ਸੀ ਸੂਰਜ ਇਧਰੋਂ ਚੜਿਆ ਮੰਨ ਲੈਣਾ ਸੱਚੇ ਪਾਤਸ਼ਾਹ ਚੰਗੀ ਵਾਲੇ ਦਾ ਹੁਕਮ ਪੂਰਾ ਪੂਰਾ ਵਰਤੇਗਾ ਅਸੀਂ ਵੀ ਭੁੱਲ ਕੇ ਲੱਗ ਪਏ ਮਾਇਆ ਕੀ ਹੋਇਆ ਫਿਰ ਲਿਖਿਆ ਮਹਾਰਾਜ ਨੇ ਤੇਜ ਮੋਹਣੀਆਂ ਸਾਤ ਲਓ ਦੋ ਪਰ ਰੌਲ ਸਰੂਰ ਸੌ ਸਾਲ ਤੱਕ ਅੰਗਰੇਜ਼ ਦਾ ਤੇਜ ਰਹੇਗਾ ਦੋ ਸਾਲ ਬਾਅਦ ਫਿਰ ਰੌਲਾ ਪੈ ਜਾਏਗਾ 1902 ਚ ਲਾਹੌਰ ਮਾਰੀ ਸੀ 2004 ਵਿੱਚ ਰੌਲਾ ਪੈ ਗਿਆ ਇੱਕ ਜਗ੍ਹਾ ਲਿਖਿਆ ਪੁਰਖਾਲ ਬੜਾ ਭੋਗ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਸੌ ਸਾਲ ਫਿਰ ਕੀ ਲਿਖਿਆ ਸਰਕਾਰ ਵਿੱਚ ਰਹੇ ਸਰਕਾਰ ਵਸਾ ਸਰਕਾਰ ਰੋ ਗਏ ਨਾਲ ਹੋਇਆ ਮਾਸਟਰ ਤਾਰਾ ਸਿੰਘ ਜੀ ਮੈਨੂੰ ਮਿਲੇ ਇੱਕ ਦਿਨ ਧਰਮਸ਼ਾਲਾ ਕਹਿੰਦੇ ਅਸੀਂ ਤਾਂ ਕਹਿੰਦੇ ਸੀ ਬਾਹਮਣਾਂ ਦੇ ਲਿਖੇ ਹੋਏ ਪਕੌੜੇ ਨੂੰ ਸੌ ਸਾਲ ਸੀ ਜਦੋਂ ਹੀ ਲਿਖਿਆ ਸੀ ਸੱਚ ਹੋ ਰਿਹਾ ਹੁਣ ਵੀ ਨੀ ਅਸੀਂ ਦੇਖਦੇ ਖਰੀਦਾ ਕਿਰੀ ਪਾਬੰਦੀ ਖਰਾ ਨਾ ਆਪ ਮੁਹਾ ਹੈ ਸਭ ਕੁਛ ਦੇਖ ਕੇ ਫਿਰ ਭੁੱਲਦੇ ਹਾਂ ਫਿਰ ਸਾਡਾ ਇਹੋ ਚਿੱਤ ਕਰਦਾ ਬਹੁਤੇ ਕੋਠੇ ਪਾ ਲਈਏ ਬਹੁਤੇ ਪੈਸੇ ਸਾਡੇ ਕੋਲ ਹੋਣ ਮੇਰਾ ਮੁੰਡਾ ਤੇ ਮੈਂ ਹੀ ਹੋਈਏ ਦੂਏ ਮੇਰੇ ਭਰਾ ਵੀ ਮਰ ਜਾਣ ਹੋਰ ਨਾ ਕੋਈ ਮੇਰੇ ਬਰਾਬਰ ਹੋ ਜਾਏ ਇਹ ਅੱਖ ਸਾਨੂੰ ਈਰਖਾ ਦੀ ਸਾਰ ਰਹੀ ਹੈ ਜਿਉਂ ਜਿਉਂ ਚੜ੍ਹਿਆ ਚੁਭੈ ਦੁੱਖ ਪਾਵਾ ਹੈ ਜਬ ਕਾਲ ਪੈ ਫਿਰ ਗੰਗਾ ਹੈ ਸਾਡਾ ਫਰਜ਼ ਹੈ ਅਸੀਂ ਸਿੱਖ ਹਾਂ ਉਸ ਗੁਰੂ ਦੇ ਜਿਸ ਨੇ ਸਾਨੂੰ ਵੰਡ ਸਕਣ ਦੀ ਜਾਂਚ ਦੱਸੀ ਸੀ ਅੱਗੇ ਬੜਾ ਅਜੇ ਭਿਆਨਕ ਸਮਾਂ ਹੈ ਅਜੇ ਬਹੁਤ ਕੁਛ ਹੋਣ ਵਾਲਾ ਹੈ ਬਾਰਾਂ ਕੋਹਾਂ ਤੇ ਦੀਵਾ ਬਲਣ ਦਾ ਹੁਕਮ ਹੈ ਸਤਿਗੁਰਾਂ ਦਾ ਤੁਸੀਂ ਦੇਖਦੇ ਹੋ ਕਿ ਉਹ ਬੰਬ ਬਣੇ ਹਨ ਅਸੀਂ ਸੁਣਦੇ ਮਾਤਾ ਜੀ ਬਚਨ ਕਰਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸੈਣੀ ਸਾਹਿਬ ਵਿੱਚ ਉਸ ਰਾਮਦਾਸਪੁਰੇ ਚ ਪਿੱਪਲਾਂ ਦੇ ਦਰਖਤ
मच्छर के पानी नाल पाले हुए आप पानी पा के सिखा ने पूछना कहना भाई रौला पवेगा रूस आवेगा कि पिपड़ा दिया जड़ा के मोढ़ा तो निशान तो अभी मुड़ के भैरी साहब पाला जे कख नहीं रहना भाई रातों रात रूस आ जाएंगे असि हम सोचिए उस वे के भैरी साहब तो 130 मील के करीब लाहौर है 170 मील अगे रौल पिंडी है 300 मील ये सफर है 114 मील पिशौर है 414 200 मील अगे काबल है 614 हो जाता है उतो भी अगे 100 को पहला 125 मील बुखारा है 750 मील सफर है रात रात क्यों आ जाएंगे हूँ जो पता लगता भी एक घंटे 750 मील चले जाते हवाई जहाज फिर अभी कहते भी एडे दरखत भी तोपखाने लगे फौजा लगे उदो घोड़िया आई तोपा सी की होगा हूँ ता ही पता लगता है जो सैनिकों के अगे वह ऐसा बत्तियां लाइया हुई कि जड़िया दरख्तों को सुहा कर दी जाए आसमानी गोले छुट्ट गए पुराने न्याय पढ़ते लिखते हूँ उस तुम देखते हो बचेगा कौन साहिबा ने कहा चक्की पीसी भी है खड़क खड़क खीस कीस हिंदू खड़क 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 खीस कीस मूस हिंदू खड़क पीस दिखाऊ भी गुरु गोबिंद सिंह ने लिखिया फिर कहू ते आता सरे राजा पर जा नहीं दलिया जरूर हो जाओ बचेगा कौन बचेगा वो जेरा नाम जपेगा जिस तरह किली दे कोल चक्की च दाने बच जाते किसी के प्यो भी नहीं जिदी मर्जी है जे कूका ने जपेगा ये भी नहीं बचता जेरा जपेगा वो बचेगा कोई है हिंदू है सिख है समाजी है सनातनी है अकाली है कोई है जेरा गुरु का नाम जपेगा वो बचेगा उसे उसे लिहाज किसी का नहीं उसे किसी की जात नहीं किसी की मजहब नहीं कुछ नहीं और सारे का एक ही मालिक है आओ हूँ राग वाल फिर आ जाओ सतगुरु के हुक्मों असं बुला दें साढ़े सारे सतगुरु गुरु नानक देव तो लैके राजा में बाणी विचार दिया हूँ साढ़े को गई जग सारंगी हो ना कोई अगा ना कोई पिछा जी रही कूंदी जल सी माफ करना सिनेमे ने गाल दी आ सिनेमे दरिया तुम भी अगर साढ़े रागी मैं लाभ हो जाना ना तुम सारे बड़े खुश हो सुन के इन्हों को लेकिन तुम्हें यह पता होना चाहिए है कि साढ़े गुरुआ ने की बनाया असं वो की रला के खाने सिनेमे कोई राग नहीं रह गया हूँ मगरों कर दिन ये गधे की आदत है कि पहला जोर न बोलना पिछों हौली हो जाए राग का रूप नहीं से सानू ध्यान देना चाहिए जे तुम अपने लड़किया अपने उच्चा कर दे गुरु के दरबार वास्ते भी उच्चे करो इन्हों थोड़ा बहुत राग की भी समझ दसो कोशिश से मैं बड़ी की है पर सबूत भी कोई जा खबर है जे किसी तरह 12 साल में 8-9 लड़के रखे कलौत रखे रबाबी अमृतसर वाले बुलाए अपने रबाबी बुलाए जो रीत याद थी उन्होंने सिखाइया अगो उन्होंने कही साढ़े को तुर के जाएंगे साडा बनिया कुछ नहीं अभी 1,500 रुपया खर्चा उन्होंने कर दिता खान पीन तो बिना वो कहते साडा बनिया कुछ नहीं क्यों कि उन्होंने खर्च नहीं कुछ करना पाया जो उन्होंने फीस भी देनी पैंती उस्ताद के पैर भी धोने पैदे जाके फिर पता लगता भी की खर्च करी है लेकिन अजय भी जब जो गाँव में सुनो तो तुम कहोगे कि किसी तो इन्होंने सीखिया सतगुरु सच्चे पातशाह ने सानू राग की अमोलिक दात दी है साडा फर्ज है सिखा का कि हर एक सिख के बच्चों च थोड़ा बहुत ही यदि खुशबू आनी चाहिए है तो उसके वास्ते हूँ अभी थोड़ा जहा टाइम रखिया है भावें छोटा गाँव मोटा गाँव जिन्हें इतने सन इतने कोई ख्याल नहीं रखा भी ये कूका है अकाली है हिंदू है जिनी भी मर्जी है आवे जरा हिस्सा लवे जिनी सा समझ आएगी माड़ा मोटा सोचा विचारा एक शब्द का वखरा करा ये बिना शब्दों तो दूसरे भी आन वो भी थोड़ा बहुत सुना दो सही करके कुछ एवं माल मोड़ दिल फुल जरा जी आदत पै जाए तो साह संगत अगे अड़ जाए हूँ चक्रवर्ती जी ने कहने कुछ नहीं करना हूँ अरदास नहीं हो गए अरदास करते अरदास लाके नितने हो जाए जिन्हें सजने नहीं जाने फिर तो हो एक घंटे नहा के पांच सात सात मिनट
और ये अर्ज मैं हूं तो नहीं करता भी जे सज्जन बैठ के सुन, क्योंकि गाना तो हूं बड़ा मुश्किल है। मेरी 57 साल की उम्र हो गई है, मैं 12-13 साल का था जब उन्होंने सुनने लगी, अजे मैनू पता नहीं लगे भी की चीज है राग। लोग मैनू कहते हैं बड़ा कुछ जानता है, मैनू पता है हसना मखौल नहीं है इन्होंने करना, जे गाउन बैठ के सुन, क्योंकि उन्होंने दिल नहीं बढ़ते फिर इस तरह। जे असं उन्होंने मखौल करिए, मखौल करो, कोई कई जगह जाए, कोई शराब पीवे, कोई तमाशा देखने जाए, कोई बुरा काम करे, कोई किसी की धी भैन मखौल करे, कोई जुआ खेले, उसमें तुम मखौल करो। इतने जे लोग आवगे इतने बैठो प्रेम सुनो, जिसका चित करे वो फिर पर जाओ, एक घंटा ला के असि हूं ये अरदास करके भी असि दुनियादारी करने हाँ। भजन नहीं सब तो होंगे पर अभी कह रहे हैं अच्छा फिर भी कोई गल नहीं, कोई सिंह सी सा सागर सिंह उन्होंने बहुत अच्छे खाने में जो तेन उल्टी आ गई, क्या आंदर से ठंडिया हो ही जाएगी, आंदर से ठंडिया हो ही जा रही जी अभी कुछ करा बैठ के सतगुरु का नाम लवेंगे फिर उस लाज है अक्सर वो नाम उत्ते गल होनी है। इस तू बाद दान यो ना करो, ये मेरा मित्र है, मेरी कौम का है, कोई है भुखे नुन नंगे नस्त्र। राम सिंह जी ने इसे चीज रख के मुख हुक्म लिखा कि गां की रत की छुरी पिछी वाला बूहे से आंदा है, अगर वो अन्न मंगता तो नहीं चुके बच्चे नहीं जाओ, भुखे नुन नंगे कपड़ा देना। फिर सब कहते निंदा करने वाले निंदा का पाल, सेवा करने वाले सेवा करो। यार सजनो मैं हूं सेवा मंगा थोड़े को, सतगुरु के सिखो और यू ना करो, ध्यान मारो तुम किन्ने लख किन्ने करोड़ा च किन्ने लख हो, नौ हिंदुस्तानी तेरा चुले अभी कच्चे बह के गुरपुरब नहीं मना सकते। कितनी बुरी गल है साडे सतगुरु का वह हैं कि जिन्हों हिंदू के मुसलमान कहने साडे पीर के गुरु ने, असी उन्होंने सिखा भी साडे अपने ही अपने ने। हर जगह अगे रोल के एक दिन मैं चाहना कि जिन्हें भी इतने सज्जन हैं वो भावें किसी तरह ही गुरु को मानते हैं, कठौर वाले नाल प्यार है, सिंह सभा नाल प्यार है, निर्मलिया नाल प्यार है, नामधारियों नाल, अकालिया नाल, एक दिन कोई करिए ऐसा कच्चे होकर बैठिए। सतगुर साधा एक, बाणी साधी एक, अमृत साधा एक, ये नहीं करो कि अभी कहीं कच्चे नहीं, रेल कच्चे हो जाओ।